ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਅਤੇ ਗੁੱਡ ਆਫਟਰਨੂਨ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਨਿਕ ਬਾਟ, ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ। ਹਰ ਹਫ਼ਤੇ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਇਸ ਟਿਊਸਡੇ ਨੂੰ ਐਂਟਰਟੇਨਮੈਂਟ ਦੇ ਗੁਲਦਸਤੇ ਦੇ ਵਿੱਚ ਇੱਕ ਨਵਾਂ ਫੁੱਲ ਲਾਉਂਦੇ ਹਾਂ, ਤੁਹਾਡੇ ਐਂਟਰਟੇਨਮੈਂਟ ਵਾਸਤੇ ਇੱਕ ਨਵਾਂ ਕੋਈ ਫਨਕਾਰ ਕਲਾਕਾਰ ਲੈ ਕੇ ਆਉਂਦੇ ਹਾਂ, ਉਸੇ ਤਰ੍ਹਾਂ ਅੱਜ ਵੀ ਅਸੀਂ ਇਸ ਐਂਟਰਟੇਨਮੈਂਟ ਦੇ ਗੁਲਦਸਤੇ ਦੇ ਵਿੱਚ ਇੱਕ ਨਵਾਂ ਫੁੱਲ ਤੁਹਾਡੇ ਲਈ ਲੈ ਕੇ ਆਏ ਹਾਂ। ਤਾਂ ਉਸ ਦੇ ਨਾਲ ਨਾਲ ਹੀ ਜਿਸ ਤਰ੍ਹਾਂ ਸਾਡਾ ਜਸ ਪਰਿਵਾਰ ਵੱਧ ਫੁੱਲ ਰਿਹਾ ਆ ਤੁਹਾਡੇ ਆਸ਼ੀਰਵਾਦ ਦੇ ਨਾਲ, ਸਾਡੀ ਸਰੋਤਿਆਂ ਦੇ ਕਰਕੇ 14ਵੀਂ ਜਿਹੜੀ ਅਸੀਂ ਐਨਵਰਸਰੀ ਆ ਮਨਾਈ ਆ, 14 ਸਾਲ ਕੱਲ੍ਹ ਮੁਕੰਮਲ ਹੋਏ ਨੇ ਸਾਡੇ ਪਰਿਵਾਰ ਨੂੰ, ਜਸ ਪਰਿਵਾਰ ਨੂੰ, ਜਸ ਚੈਨਲ ਨੂੰ, ਸਿਰਫ ਅਤੇ ਸਿਰਫ ਸਾਡੇ ਦਰਸ਼ਕਾਂ ਕਰਕੇ, ਕਿਉਂਕਿ ਤੁਹਾਡਾ ਪਿਆਰ, ਭਰਵਾਂ ਪਿਆਰ ਸਾਨੂੰ ਮਿਲਦਾ ਆ ਹਰ ਰੋਜ਼, ਹਰ ਮਿੰਟ, ਹਰ ਪਲ। ਇਕੱਲਾ ਅਮੈਰੀਕਾ ਵਿੱਚ ਨਹੀਂ, ਪੂਰੀ ਦੁਨੀਆ ਤੋਂ ਜਿੱਥੇ ਵੀ ਸਾਡਾ ਇਹ ਪ੍ਰੋਗਰਾਮ ਜਾਂ ਜਸ ਪੰਜਾਬੀ ਦੇ ਜਿੰਨੇ ਵੀ ਪ੍ਰੋਗਰਾਮ ਨੇ ਪ੍ਰਸਾਰਿਤ ਹੁੰਦੇ ਨੇ, ਉਸ ਦੇ ਵਿੱਚ ਤੁਹਾਡਾ ਭਰਵਾਂ ਪਿਆਰ ਜਿਹੜਾ ਸਾਨੂੰ ਮਿਲਦਾ ਵਾ, ਉਹ ਆਸ਼ੀਰਵਾਦ ਜਿਹੜਾ ਵਾ, ਉਹਦਾ ਕਰਕੇ 14 ਸਾਲ ਅਸੀਂ ਮੁਕੰਮਲ ਕਰ ਲਏ ਨੇ। ਅਤੇ ਜੇ ਤੁਸੀਂ ਵੀ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਜਾਂ ਆਪਣਾ ਕੋਈ ਵੀ ਤੁਹਾਡਾ ਕਾਰੋਬਾਰ ਹੈ, ਬਿਜ਼ਨਸ ਹੈ, ਕੋਈ ਟੈਲੈਂਟ ਹੈਗਾ ਵਾ, ਕਿਸੇ ਵੀ ਫੀਲਡ ਦੇ ਵਿੱਚ ਹੈਗਾ, ਕੋਈ ਈਵੈਂਟ ਹੈਗਾ, ਕੁਛ ਵੀ ਹੈਗਾ ਵਾ, ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਅਤੇ ਤੁਸੀਂ ਸਾਡੇ ਨਾਲ ਜੁੜ ਕੇ, ਜਸ ਪਰਿਵਾਰ ਨਾਲ ਜੁੜ ਕੇ ਆਪਣੇ ਕਿਸੇ ਵੀ ਚੀਜ਼ ਨੂੰ ਪੂਰੀ ਦੁਨੀਆ ਤੱਕ ਪ੍ਰਮੋਟ ਕਰ ਸਕਦੇ ਹੋ, ਕਿਉਂਕਿ ਸਾਡੇ ਪ੍ਰੋਗਰਾਮ, ਜਸ ਪੰਜਾਬੀ ਦੇ ਪ੍ਰੋਗਰਾਮ ਜਿਹੜੇ ਨੇ ਪੂਰੀ ਵਰਲਡਵਾਈਡ, ਇਕੱਲੇ ਅਮੈਰੀਕਾ ਦੇ ਵਿੱਚ ਨਹੀਂ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UAE, UK, ਇੰਡੀਆ, ਆਲ ਓਵਰ ਵਰਲਡ, ਈਵਨ ਪਾਕਿਸਤਾਨ, ਹਰ ਜਗ੍ਹਾ ਦੇ ਉੱਪਰ ਪ੍ਰਸਾਰਿਤ ਹੁੰਦੇ ਨੇ। ਅਤੇ ਜੇ ਤੁਸੀਂ ਵੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਸ ਪਰਿਵਾਰ ਦਾ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਆਪਣੇ ਕੋਈ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹੋ, ਜਾਂ ਕੋਈ ਵੀ ਦਿਲ ਦੀ ਗੱਲ ਹੈਗੀ ਆ, ਦਿਲ ਦੀਆਂ ਗੱਲਾਂ ਸਾਡੇ ਨਾਲ ਰੱਖਣੀਆਂ ਚਾਹੁੰਦੇ ਹੋ, ਕਿਉਂਕਿ ਸਾਡੇ ਪ੍ਰੋਗਰਾਮ ਦਾ ਨਾਂ ਆ ਦਿਲ ਦੀਆਂ ਗੱਲਾਂ, ਅਤੇ ਤੁਸੀਂ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਕਾਲ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਸੋ ਦਰਸ਼ਕੋ, ਅਸੀਂ ਤੁਹਾਡੇ ਲਈ ਜਿਹੜੇ ਅੱਜ ਮਹਿਮਾਨ ਲੈ ਕੇ ਆਏ ਹਾਂ, ਖਾਸ ਤੌਰ 'ਤੇ ਦਲਵਿੰਦਰ ਦਿਆਲਪੁਰੀ ਸਾਹਿਬ, ਜਿਨ੍ਹਾਂ ਨੂੰ ਕਿ ਮੇਲਿਆਂ ਦਾ ਬਾਦਸ਼ਾਹ ਵੀ ਮੰਨਿਆ ਜਾਂਦਾ ਆ, ਅਤੇ ਸਾਡਾ ਇਹ ਐਨਵਰਸਰੀ ਤੋਂ ਬਾਅਦ ਦਾ ਪਹਿਲਾ ਐਂਟਰਟੇਨਮੈਂਟ ਦਾ ਸ਼ੋਅ ਜਿਹੜਾ ਦਿਲ ਦੀਆਂ ਗੱਲਾਂ ਤੁਹਾਡੇ ਲਈ ਲੈ ਕੇ ਆਏ ਹਾਂ, ਅਤੇ ਕੋਸ਼ਿਸ਼ ਰਹੂਗੀ ਕਿ ਤੁਹਾਨੂੰ ਹਰ ਹਫ਼ਤੇ ਇਸੇ ਤਰ੍ਹਾਂ ਐਂਟਰਟੇਨ ਕਰੀਏ, ਅਤੇ ਵਧੀਆ ਤੋਂ ਵਧੀਆ ਕਲਾਕਾਰ, ਫਨਕਾਰ, ਨੈਚੁਰਲ ਕਲਾਕਾਰ ਲੈ ਕੇ ਆਈਏ, ਤਾਂ ਹੋਰ ਵੀ ਜਿੰਨੇ ਵੀ ਐਂਟਰਟੇਨਮੈਂਟ ਫੀਲਡ ਦੇ ਹੈਗੇ ਨੇ ਉਹਨਾਂ ਨੂੰ ਲੈ ਕੇ ਆਈਏ। ਸੋ ਆਪਾਂ ਗੱਲਾਂ ਬਾਤਾਂ ਦਿਲ ਦੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਅਤੇ ਆਪਾਂ ਦਿਆਲਪੁਰੀ ਸਾਹਿਬ ਦੀ ਦਿਲ ਦੀਆਂ ਗੱਲਾਂ ਵੀ ਸੁਣਾਂਗੇ, ਅਤੇ ਸ਼ੁਰੂ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਦਲਵਿੰਦਰ ਦਿਆਲਪੁਰੀ ਸਾਹਿਬ ਦਾ ਇੱਕ ਵੀਡੀਓ ਤੋਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਤੇ ਆਪਣਾ ਦਲਵਿੰਦਰ ਦਿਆਲਪੁਰੀ, ਬਾਬਾ ਆਜ਼ਮੀ ਜੀ ਆਪਣੇ ਸਿਲੇਬਸ 'ਚ ਲਿਖਦੇ ਨੇ ਕਿ ਬੇਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉਹ ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ 'ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ। ਕੀ ਹਾਲ ਚਾਲ ਜੀ, ਠੀਕ ਠਾਕ ਹੋ? ਜਸ ਪੰਜਾਬੀ ਦੀ ਐਨਵਰਸਰੀ ਹੈ, USA ਅਤੇ ਕੈਨੇਡਾ ਦੇ ਵਿੱਚ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਲਵਿੰਦਰ ਦੇ ਦਿਆਲਪੁਰੀ ਵੱਲੋਂ ਦੋਨੋਂ ਹੱਥ ਜੁੜ ਕੇ ਸਤਿ ਸ਼੍ਰੀ ਅਕਾਲ, ਅਤੇ ਨਾਲ ਦੀ ਨਾਲ ਬਹੁਤ ਬਹੁਤ ਵਧਾਈਆਂ ਹੋਣ, ਖਾਸ ਕਰਕੇ ਸਾਡੇ ਪੈਣੀ ਸੰਧੂ ਜੀ, ਦੀਪਕ ਧਮਾਨ ਜੀ, ਰਣਜੀਤ ਬੇਗੋਵਾਲ ਜੀ ਔਰ ਨਿੱਕ ਬਾਠ ਜੀ, ਸਰੋਂ ਦੇ ਫੁੱਲਾਂ ਵਾਂਗੂ ਖਿੜੇ ਰਹੋ। ਅਸੀਂ ਪੰਜਾਬ ਤੋਂ, ਖਾਸ ਕਰਕੇ ਜਲੰਧਰ ਤੋਂ, ਫਗਵਾੜੇ ਤੋਂ, ਬੇਗੋਵਾਲ ਤੋਂ ਵਧਾਈਆਂ ਦੇ ਰਹੇ ਹਾਂ ਇਸ ਸਰੋਂ ਦੇ ਫੁੱਲਾਂ ਵਿੱਚ। ਇੱਦਾਂ ਹੀ ਤੁਸੀਂ ਟਹਿਕਦੇ ਰਹੋ, ਹੱਸਦੇ ਰਹੋ, ਖੇਡਦੇ ਰਹੋ, ਦੇਖਦੇ ਰਹੋ ਚੈਨਲ ਜਸ ਪੰਜਾਬੀ ਸਮੂਹ। ਜਿੰਨੇ ਵੀ ਲਿਸਨਰ ਨੇ, ਜਿੰਨੇ ਵੀ ਸਰੋਤੇ ਨੇ ਦਲਵਿੰਦਰ ਦਿਆਲਪੁਰੀ ਵੱਲੋਂ, ਬਹੁਤ ਬਹੁਤ ਵਧਾਈਆਂ ਹੋਣ। ਇਹ ਚੈਨਲ ਗੋਲਡਨ ਜੁਬਲੀ ਮਨਾਵੇ, ਸਿਲਵਰ ਜੁਬਲੀ ਮਨਾਵੇ, ਡਾਇਮੰਡ ਜੁਬਲੀ ਮਨਾਵੇ, ਅਤੇ ਨਾਲ ਨਾਲ ਦੀ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 644ਵੇਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਪਰਮਾਤਮਾ ਕਰੇ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ। ਦੁਨੀਆ 'ਤੇ ਭਿਆਨਕ ਬਿਮਾਰੀ ਜਿਹੜੀ ਆਈ ਹੋਈ ਹੈ, ਉਹਦਾ ਬਿਮਾਰੀ ਦਾ ਨਾਂ ਨਹੀਂ ਲੈਣਾ ਆਪਾਂ, ਬਸ ਉਹ ਬਿਮਾਰੀ ਨੂੰ ਦੂਰ ਕਰੇ ਪਰਮਾਤਮਾ, ਔਰ ਲੋਕ ਆਪਣੇ ਘਰਾਂ ਵਿੱਚ ਹੱਸਦੇ ਵੱਸਦੇ ਰਹਿਣ, ਔਰ ਪ੍ਰੋਗਰਾਮ ਦੇਖਦੇ ਰਹਿਣ, ਦਿਲ ਦੀਆਂ ਗੱਲਾਂ ਚੈਨਲ ਦੇਖਦੇ ਰਹਿਣ। ਜਸ ਪੰਜਾਬੀ, ਆਲ ਦੀ ਬੈਸਟ, ਗੁੱਡ ਲੱਕ, ਚੱਕ ਦਿਓ ਜੀ। ਦਿਆਲਪੁਰੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ, ਜਸ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ, ਬਹੁਤ ਵਧੀਆ ਸਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਸ ਪੰਜਾਬੀ ਤੇ। ਸਾਰੇ ਹੀ ਸਤਿਕਾਰ ਜੋ ਜਿੰਨੇ ਜਸ ਪੰਜਾਬੀ ਦੇਖ ਰਹੇ ਨੇ ਵੱਖ ਵੱਖ ਦੇਸ਼ਾਂ ਵਿੱਚ, USA ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ,
ਸਾਰਿਆਂ ਨੂੰ ਦਲਵਿੰਦਰ ਦਿਆਲਪੁਰੀ ਵੱਲੋਂ ਪੰਜਾਬ ਵੱਲੋਂ ਮੈਂ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਣਾ ਜੀ। ਮੇਰੀ ਪ੍ਰਵਾਨ ਕਰਨੀ ਵੱਡਿਆਂ ਦੇ ਪੈਰੀ ਹੱਥ ਲਾਉਣਾ ਔਰ ਭੈਣਾਂ ਨੂੰ ਭਰਾਵਾਂ ਨੂੰ ਪਿਆਰ, ਛੋਟਿਆਂ ਨੂੰ ਪਿਆਰ, ਚੜ੍ਹਦੀ ਕਲਾ 'ਚ ਰਹੋ ਜੀ। ਸਰ ਬਹੁਤ ਬਹੁਤ ਸਵਾਗਤ ਹੈ। ਅਤੇ ਦਰਸ਼ਕੋ, ਅੱਜ ਜਿਸ ਤਰ੍ਹਾਂ ਸਾਡੀ ਐਨਵਰਸਰੀ ਹੈਗੀ, ਕੱਲ੍ਹ ਸੀਗੀ 14ਵੀਂ ਐਨਵਰਸਰੀ ਅਸੀਂ ਮਨਾ ਰਹੇ ਹਾਂ, ਅਤੇ ਦਿਲ ਦੀਆਂ ਗੱਲਾਂ ਦਾ ਜਿਹੜਾ ਐਂਟਰਟੇਨਮੈਂਟ ਦਾ ਪਹਿਲਾ ਐਪੀਸੋਡ ਇਸ ਐਨਵਰਸਰੀ ਤੋਂ ਬਾਅਦ, ਉਸਦੇ ਦਿਆਲਪੁਰੀ ਸਾਹਿਬ ਸਾਡੇ ਨਾਲ ਜੁੜੇ ਨੇ। ਦਿਆਲਪੁਰੀ ਸਾਹਿਬ, ਆਪਾਂ ਸ਼ੁਰੂਆਤ ਕਰਦੇ ਹਾਂ ਕਿ ਇਸ ਫੀਲਡ ਦੇ ਵਿੱਚ, ਗਾਇਕੀ ਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਆ, ਅਤੇ ਕਿੱਥੋਂ ਆਸ਼ੀਰਵਾਦ ਲਿਆ ਤੁਸੀਂ, ਅਤੇ ਕਿੱਥੋਂ ਇਹ ਤੁਹਾਡੇ ਅੰਦਰ ਸੋਚ ਆਈ ਆ ਕੋਈ ਇੱਕ ਕਈ ਵਾਰ ਹੁੰਦਾ ਕਿ ਆਪਣੇ ਇੱਕ ਸ਼ੌਂਕ ਹੁੰਦੇ ਨੇ, ਅਤੇ ਕੀ ਇਹ ਸ਼ੌਂਕ ਸੀਗਾ, ਉਸ ਬਾਰੇ ਜ਼ਰੂਰ ਗੱਲਬਾਤ ਕਰਦੇ ਹਾਂ। ਅਤੇ ਪਿੰਡ ਤੋਂ ਸ਼ੁਰੂਆਤ ਕਰਦੇ ਹਾਂ, ਕਿੱਥੋਂ ਜਨਮ ਸਥਾਨ ਤੋਂ? ਉਹ ਵੀ ਦੱਸਦਾ ਪਹਿਲਾਂ ਨਿਕਬਾਰ ਜੀ, ਪਹਿਲਾਂ ਤੁਸੀਂ ਸੁਣਾਓ, ਹਾਲ ਚਾਲ ਠੀਕ ਆ ਤੁਹਾਡਾ? ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ। ਸਾਡਾ ਵੱਡਾ ਭਰਾ ਆ ਇੱਥੇ ਸਾਡੇ, ਉਹ ਬੜੇ ਹੀ ਆਈਡਲ ਨੇ, ਸਾਡੇ ਮਾਰਗਦਰਸ਼ਨ ਨੇ, ਪ੍ਰਦੀਪ ਧਮਾਨ ਸਾਹਿਬ ਜਿਹੜੇ ਫਗਵਾੜੇ ਤੋਂ। ਕਿੱਦਾਂ ਉਹਨਾਂ ਦਾ ਹਾਲ ਚਾਲ ਜੀ? ਜੀ ਸਾਡੇ ਕੋਲ ਦੀਪਕ ਸਰ ਨੇ, ਦੀਪਕ ਧਮਾਨ ਸਾਹਿਬ। ਹਾਂਜੀ, ਜਿਹੜੇ ਕਿ ਦੀਪਕ ਧਮਾਨ ਜੀ, ਹਾਂਜੀ ਹਾਂਜੀ, ਬਹੁਤ ਵਧੀਆ ਨੇ ਇਸ ਟਾਈਮ, ਸਾਨੂੰ ਤੁਹਾਨੂੰ ਉਹਨਾਂ ਉਹੀ ਜੋੜ ਰਹੇ ਨੇ ਇਸ ਟਾਈਮ। ਵਾਹ ਵਾਹ ਜੀ ਵਾਹ, ਦੀਪਕ ਧਮਾਨ ਜੀ ਨੂੰ ਮੇਰੀ ਫਤਿਹ ਬੁਲਾਉਣੀ, ਸਤਿ ਸ਼੍ਰੀ ਅਕਾਲ ਬੁਲਾਉਣੀ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਸਾਡੇ ਇੱਥੇ ਫਗਵਾੜੇ ਤੋਂ ਬੰਗਾ ਰੋਡ ਤੇ, ਬਾਬਾ ਵਿਸ਼ਵਕਰਮਾ ਜੀ ਦਾ ਬਹੁਤ ਵੱਡਾ ਮੰਦਿਰ ਹੈ, ਉੱਥੇ ਉਹਨਾਂ ਨੇ ਹੋਸਪਿਟਲ, ਹਰੇਕ ਅੱਖਾਂ ਦਾ ਕੈਂਪ ਵੀ ਲਾਉਂਦੇ ਆ। ਉਹਨਾਂ ਦੇ ਫਾਦਰ ਸਾਹਿਬ ਬਹੁਤ ਹੀ ਸੋਸ਼ਲ ਵਰਕਰ ਨੇ, ਡੋਨੇਟਰ ਨੇ, ਅਤੇ ਦੀਪਕ ਭਾਜੀ ਅਤੇ ਉਹਨਾਂ ਦੀ ਪੂਰੀ ਫੈਮਿਲੀ ਬਹੁਤ ਵੱਡਾ ਕੰਮ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਉਸ ਮੰਦਿਰ ਦੇ ਵਿੱਚ, ਉਹ ਇਸ ਇੰਡੀਆ ਦੇ ਵਿੱਚ ਵੀ ਉਹ ਵਧਾਈ ਦੇ ਪਾਤਰ ਨੇ। ਦੀਪਕ ਧਮਾਨ ਨੂੰ ਮੇਰੀ ਗੁਰਫਤਿਹ ਪ੍ਰਵਾਨ ਕਰਨੀ ਜੀ। ਜੀ ਸਰ, ਜੀ ਸਰ, ਜੀ ਸਰ। ਅਤੇ ਬੈਨੀ ਸੰਧੂ ਉਹਨਾਂ ਦਾ ਕੀ ਹਾਲ ਹੈ? ਬਹੁਤ ਵਧੀਆ ਨੇ ਜੀ, ਵਧਾਈ ਦੇ ਪਾਤਰ ਨੇ। ਕੀ ਹਾਲ ਚਾਲ ਹੈ? ਹਾਂਜੀ, ਰਣਜੀਤ ਬੇਗੋਵਾਲ। ਹਾਂਜੀ ਹਾਂਜੀ, ਕੱਲ ਉਹਨਾਂ ਨਾਲ ਵੀ ਮੈਂ ਸ਼ੋਅ ਕੀਤਾ ਸੀਗਾ। ਹਾਂਜੀ, ਉਹਨਾਂ ਨੇ ਟੀਮ ਜੁਆਇਨ ਕੀਤੀ ਹੁਣ ਰੀਸੈਂਟਲੀ। ਐਂਡ ਸਾਰਾ ਸਟਾਫ ਠੀਕ ਠਾਕ ਹੈ ਨਾ? ਜਿੱਦਾਂ ਪੰਜਾਬੀ ਜਈ ਕਹਿੰਦੇ, ਉਹ ਤੁਹਾਡਾ ਸਾਰਾ ਬਾਗੋ ਪਰਿਵਾਰ ਠੀਕ ਠਾਕ ਆ? ਹਾਂਜੀ ਹਾਂਜੀ ਜੀ, ਤੁਹਾਡਾ ਆਸ਼ੀਰਵਾਦ ਆ ਸਰ। ਵਾਹਿਗੁਰੂ, ਵਾਹਿਗੁਰੂ ਦਾ ਆਸ਼ੀਰਵਾਦ ਜੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਹੁਣੇ ਆਪਾਂ 644ਵੀਂ ਜਿਹੜਾ ਜਨਮ ਦਿਹਾੜਾ ਮਨਾ ਕੇ ਹਟੇ ਹਾਂ, ਉਹਨਾਂ ਦਾ ਆਸ਼ੀਰਵਾਦ ਹੈ, ਉਹਨਾਂ ਦਾ ਆਸ਼ੀਰਵਾਦ ਹੈ ਕਿ ਆਪਾਂ, ਮੈਂ ਉਸ ਬਿਮਾਰੀ ਦਾ ਨਾਂ ਨਹੀਂ ਲੈਂਦਾ ਕਿ ਆਪਾਂ ਉਸ ਬਿਮਾਰੀ ਤੋਂ ਬਾਅਦ ਉੱਠ ਕੇ ਫਿਰ ਆਪਾਂ ਅੱਜ ਜੈਸ ਪੰਜਾਬੀ ਦੀ ਇਸ ਸਰਦਲ ਤੇ ਖੜੇ ਹਾਂ। ਸਭ ਤੋਂ ਪਹਿਲਾਂ ਸਾਰੇ ਸਟਾਫ ਨੂੰ, ਨਿੱਕ ਵੀਰੇ ਤੁਹਾਨੂੰ ਜੈਸ ਪੰਜਾਬੀ ਦੀ ਜੀ 14ਵੀਂ ਵਰੇ ਗੰਢ ਹੈ, ਇਹਦੀ ਬਹੁਤ ਬਹੁਤ ਵਧਾਈ ਹੋਵੇ ਜੀ। ਸ਼ੁਕਰੀਆ ਜੀ, ਸ਼ੁਕਰੀਆ। ਜਿੰਨੇ ਵੀ ਸਰੋਤੇ USA ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਸਾਡੇ ਇੰਡੀਆ ਦੇ ਵਿੱਚ ਵੀ ਇਹਨੂੰ ਦੇਖਦੇ ਨੇ, ਸੁਣਦੇ ਨੇ, ਅਤੇ ਉਹਨਾਂ ਸਰੋਤਿਆਂ ਨੂੰ ਵੀ, ਉਹਨਾਂ ਲਿਸਨਰ ਨੂੰ ਵੀ ਦਲਵਿੰਦਰ ਦਿਆਲਪੁਰੀ ਵੱਲੋਂ ਜੈਸ ਪੰਜਾਬੀ ਦੀ ਜਿਹੜੀ 14ਵੀਂ ਐਨਵਰਸਰੀ ਹੈ, ਉਹਦੀ ਬਹੁਤ ਬਹੁਤ ਵਧਾਈ ਹੋਵੇ। ਇਨਸ਼ਾਅੱਲਾ ਇਹ 25 ਸਾਲਾਂ ਵੀ ਮਨਾਵੇ, 50 ਸਾਲਾਂ ਵੀ ਮਨਾਵੇ, 100 ਸਾਲਾਂ ਵੀ ਮਨਾਵੇ, ਅਤੇ ਜਿੱਥੇ ਇਹ ਸਿਲਵਰ ਜੁਬਲੀ ਹੋਵੇ, ਗੋਲਡਨ ਜੁਬਲੀ ਹੋਵੇ, ਉੱਥੇ ਡਾਇਮੰਡ ਜੁਬਲੀ ਵੀ ਜੈਸ ਪੰਜਾਬੀ ਮਨਾਵੇ। ਅਤੇ ਰਹੀ ਗੱਲ ਭਾਜੀ ਤੁਹਾਡੀ, ਇੱਕ ਸਵਾਲ ਸੀਗਾ ਕਿ ਜਨਮ ਕਿੱਥੇ ਦਾ? ਜਨਮ ਨਿੱਕ ਵੀਰੇ ਮੇਰਾ ਦਿਆਲਪੁਰ ਪਿੰਡ ਆ ਜੀ, ਪੰਜਾਬ ਦੇ ਵਿੱਚ, ਜਲੰਧਰ, ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ ਰਸਤੇ ਵਿੱਚ ਕਰਤਾਰਪੁਰ ਹੈ ਜੀ, ਕਰਤਾਰਪੁਰ ਦੇ ਲਾਗੇ ਹੀ 2 ਕਿਲੋਮੀਟਰ 'ਤੇ ਮੇਰਾ ਪਿੰਡ ਹੈ GT ਰੋਡ 'ਤੇ ਦਿਆਲਪੁਰ। ਉਹ ਦਿਆਲਪੁਰ ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਹੈ, ਔਰ ਉਹ ਕਰਤਾਰਪੁਰ ਕੀ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਨਾਨਕੇ ਹੈ, ਮਾਤਾ ਗੁਜਰੀ ਜੀ ਸਾਡੇ ਕਰਤਾਰਪੁਰ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਕਰਤਾਰਪੁਰ ਵਿਆਹੁਣ ਆਏ ਸੀ, ਔਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਹੁਤ ਸਾਡੇ 'ਤੇ ਕਿਰਪਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਵਸਾਇਆ ਹੋਇਆ ਇਹ ਨਗਰ ਕਰਤਾਰਪੁਰ ਦੇ ਲਾਗੇ ਮੇਰਾ ਪਿੰਡ ਹੈ ਦਿਆਲਪੁਰ, ਔਰ ਇਸ ਵੇਲੇ ਮੈਂ ਦਿਆਲਪੁਰ ਪਿੰਡ ਤੋਂ ਹੀ ਬੋਲ ਰਿਹਾ। ਜੀ ਸਰ, ਬਹੁਤ ਬਹੁਤ ਸਵਾਗਤ ਆ, ਅਤੇ ਗੁਰੂਆਂ ਦੀ ਗੱਲ ਕੀਤੀ ਆ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਗੁਰੂਆਂ ਦੇ ਆਸ਼ੀਰਵਾਦ ਤੋਂ ਕਰਦੇ ਹਾਂ। ਹਾਂਜੀ ਹਾਂਜੀ, ਜ਼ਰੂਰ ਜੀ ਜ਼ਰੂਰ, ਉਹਨਾਂ ਦਾ ਓਟ ਆਸਰਾ ਲੈ ਕੇ ਮੈਂ ਆਪਣੇ ਇਸ ਪ੍ਰੋਗਰਾਮ ਦੀ, ਕਿਉਂਕਿ 14ਵੀਂ ਵਰੇ ਗੰਢ, ਮੈਂ ਬੜਾ ਲੱਕੀ ਹਾਂ ਕਿ ਪਹਿਲਾ ਪ੍ਰੋਗਰਾਮ ਜਦੋਂ ਤੁਸੀਂ 15ਵੀਂ ਮਨਾਉਣੀ ਆ, ਅਸੀਂ ਆਪ ਲੱਕੀ ਹੋ ਗਏ। ਇੰਟਰਵਿਊ ਆ ਜਿਹੜਾ ਦਿਲ ਦੀਆਂ ਗੱਲਾਂ ਉਹ ਦਲਵਿੰਦਰ ਦਿਆਲਪੁਰੀ ਨਾਲ ਕੀਤੀਆਂ, ਔਰ ਪਹਿਲਾ ਧਾਰਮਿਕ ਗੀਤ ਤੁਹਾਡੀ ਸੇਵਾ ਵਿੱਚ ਮੈਂ ਗੱਲ ਕਰਨ ਜਾ ਰਿਹਾ।
सबे सांझी वाल सदाइन कोई ना दिसे बारा जियो ओ है के गुरु नानक ने धर्म चलाया सब नू अपने गल नाल लाया ऊंच नीच दा फर्क मिटाया की शूदर की राणे भला सरबत दा होवे वाहिगुरु होवे तेरे भाणे भला सरबत दा होवे वाहिगुरु होवे तेरे भाणे ए कुदरत दे बंदे सारे चंगे मंदे रब दे प्यारे बन जाइए सच्चे बन जारे छड़िए झूठ कमाने भला सरबत दा होवे वाहिगुरु होवे तेरे भाणे भला सरबत दा होवे वाहिगुरु होवे तेरे भाणे निक जी कि सारी दुनिया का भला होवे पत्थर च रेंदे कीड़िया का भला होवे जिहड़ी समुंदर च मछलियां उन्हां दा भी भला होवे इस धरती दे उस पर तुसी बैठे हो यूएसए दे विच कैनेडा दे विच न्यूजीलैंड दे विच ਉਹ ਦੂਸਰੀ ਧਰਤੀ ਦੇ ਪਾਸੇ ਅਸੀਂ ਇੰਡੀਆ ਆ ਸ਼੍ਰੀਲੰਕਾ ਆ ਪਾਕਿਸਤਾਨ ਹੈ UAE ਹੈ ਉਹ ਜਿਹੜੇ ਗਲੋਬਲ ਤੇ ਆ ਸਾਰੀ ਦੁਨੀਆ ਦਾ ਭਲਾ ਹੋਵੇ ਕਿ ਅਸੀਂ ਇਹੀ ਪੰਜਾਬ ਤੋਂ ਅਰਦਾਸਾਂ ਦਵਾਵਾਂ ਕਰਦੇ ਹਾਂ ਤੁਹਾਡੇ ਵਾਸਤੇ ਜਿਹੜੇ ਸਾਡੇ ਪ੍ਰਦੇਸੀ ਭੈਣ ਭਰਾ ਕਮਾਉਣ ਵਾਸਤੇ ਖੱਟਣ ਕਮਾਉਣ ਲਈ ਗਏ ਹੋਏ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਸਰ ਸਰਬੱਤ ਦਾ ਭਲਾ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਕਿ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਣਾ ਆ ਅਤੇ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਆ ਜਾਂਦੇ ਨੇ ਅਤੇ ਆਪ ਅਸੀਂ ਵੀ ਉਸ ਦੇ ਵਿੱਚ ਸਰਬੱਤ ਦੇ ਵਿੱਚ ਹੀ ਹਾਂ ਸੋ ਦਰਸ਼ਕੋ ਵੇਲਾ ਉਹ ਚੱਲਿਆ ਆ ਇੱਕ ਬ੍ਰੇਕ ਦਾ ਜਾਇਓ ਕਿਤੇ ਨਾ ਸਾਡੇ ਨਾਲ ਦਿਆਲਪੁਰੀ ਸਾਹਿਬ ਇਸੇ ਤਰ੍ਹਾਂ ਜੁੜੇ ਰਹਿਣਗੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਇਹਨਾਂ ਨੇ ਤੁਹਾਡੇ ਨਾਲ ਕਰਨੀਆਂ ਨੇ ਅਤੇ ਤੁਸੀਂ ਵੀ ਤੁਹਾਡੀ ਕੋਈ ਵੀ ਫਰਮਾਇਸ਼ ਹੋਵੇ ਇਹਨਾਂ ਤੋਂ ਤੁਸੀਂ ਜ਼ਰੂਰ ਕਰ ਸਕਦੇ ਹੋ ਫੋਨ ਕਰਕੇ ਸੋ ਜਾਇਓ ਕਿਤੇ ਨਾ ਇਸੇ ਤਰ੍ਹਾਂ ਜੁੜੇ ਰਹੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜੁੜੇ ਹਾਂ ਅਤੇ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਤੁਹਾਡਾ ਕੋਈ ਵੀ ਬਿਜ਼ਨਸ ਹੈ ਕੋਈ ਵੀ ਈਵੈਂਟ ਹੈਗਾ ਪੂਰੀ ਦੁਨੀਆ ਤੱਕ ਅਸੀਂ ਪਹੁੰਚਾਵਾਂਗੇ ਅਤੇ nick@justbroadcasting.com ਅਤੇ ਜਾਂ ਫਿਰ info@justbroadcasting.com ਦੇ ਉੱਪਰ ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਗੱਲਾਂ ਬਾਤਾਂ ਮੈਂ ਆਪਣੀਆਂ ਛੋਟੀਆਂ ਰੱਖਾਂਗਾ ਅੱਜ ਕਿਉਂਕਿ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦੇ ਦਿਲ ਦੀਆਂ ਗੱਲਾਂ ਅਤੇ ਸਾਡੇ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਸਾਨੂੰ ਦੇਖਦੇ ਨੇ ਜਿਹੜੇ ਸਾਡੀ ਆਡੀਅੰਸ ਹੈ ਜਿਹੜੇ ਸਾਨੂੰ ਦੇਖਦੇ ਨੇ ਉਹਨਾਂ ਦੀ ਕਾਲਾਂ ਵੀ ਅਸੀਂ ਬਹੁਤ ਸਾਰੀਆਂ ਸਾਨੂੰ ਆਉਣੀਆਂ ਨੇ ਅਤੇ ਆਲਰੇਡੀ ਹੋਲਡ 'ਤੇ ਵੀ ਹੈਗੀਆਂ ਨੇ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੋ ਦਿਆਲਪੁਰੀ ਸਾਹਿਬ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਮਿਹਰਬਾਨੀ ਭਾਅ ਜੀ ਰਿਕ ਭਾਅ ਜੀ ਸੋ ਦਿਆਲਪੁਰੀ ਸਾਹਿਬ ਸਾਡੇ ਕੋਲ ਇੱਕ ਆਸ਼ੀਰਵਾਦ ਦੇ ਤੌਰ 'ਤੇ ਸਾਡੇ ਬੜੇ ਪੁਰਾਣੇ ਦਰਸ਼ਕ ਨੇ ਸਾਨੂੰ ਹਮੇਸ਼ਾ ਕਾਲਾਂ ਕਰਦੇ ਨੇ ਅਤੇ ਉਹ ਜੁੜੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਰ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ ਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਜੀ ਜਿਹੜੇ ਆਪਣੇ ਗੈਸਟ ਆ ਬੈਠੇ ਇਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਗੈਸਟੀ ਨੇ ਚਾਹੇ ਜਸ ਪੰਜਾਬੀ ਚ ਜੀ 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 ਤੇ ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਪਿਆਰ ਬੇਟਾ ਜੀ ਤੇ ਮੈਂ ਤਾਂ ਜਸ ਪੰਜਾਬੀ ਦਾ ਬੜਾ ਇੱਕ ਸ਼ੁਕਰੀਆ ਅਦਾ ਕਰਨੀ ਆ ਪੈਨੀ ਦਾ ਵੀ ਪਤਾ ਨੀ ਸੁਪਨੇ ਚ ਪੈਨੀ ਨੂੰ ਸੁਪਨਾ ਆਇਆ ਹੋਵੇਗਾ ਤੇ ਮੈਂ ਕੋਈ ਕੰਮ ਐਸਾ ਕਰਾਂ ਜਿਹਦੇ ਨਾਲ ਦੁਨੀਆ ਖੁਸ਼ ਹੋ ਜਾਵੇ ਜੀ 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 ਤੇ ਸਾਰੇ ਵੱਲ ਚੱਲ ਰਿਹਾ ਜਸ ਪੰਜਾਬੀ ਤੇ ਸਾਨੂੰ ਉਡੀਕਾਂ ਹੁੰਦੀਆਂ ਨੇ ਸਾਡੇ 10 ਵੱਜ ਜਾਂਦੇ ਨੇ ਮੈਰੀਲੈਂਡ ਵਾਸ਼ਿੰਗਟਨ DC ਦੇ ਸਾਨੂੰ ਉਡੀਕ ਸਾਡੇ 3 ਵੱਜ ਜਾਂਦੇ ਨੇ ਸਾਨੂੰ ਉਡੀਕ ਸਾਨੂੰ ਫਿਰ ਉਡੀਕਾਂ ਹੁੰਦੀਆਂ ਨੇ ਵੀ ਅੱਜ ਕਿਹੜਾ ਵਿਸ਼ਾ ਹੋਵੇਗਾ ਕਿਹੜੀਆਂ ਗੱਲਾਂ ਅਸੀਂ ਕਰਾਂਗੇ ਜਿਹੜਾ ਕੋਈ ਮੋਸਲਨ ਹੋਇਆ ਹੁੰਦਾ ਉਹ ਹੱਸਦਾ ਹੈ ਉਹਦੇ ਦਿਮਾਗ ਖੁਸ਼ ਕਰਨ ਵਾਸਤੇ ਜਸ ਪੰਜਾਬੀ ਜੇ ਕਿਸੇ ਨੂੰ ਬਹੁਤ ਪਰੇਸ਼ਾਨੀ ਹੁੰਦੀ ਤਾਂ ਉੱਠ ਕੇ ਤੇ ਜਸ ਪੰਜਾਬੀ ਦੇ ਪ੍ਰੋਗਰਾਮ ਵੇਖੋ ਤੁਸੀਂ ਬੜੇ ਫਰੈਸ਼ ਹੋ ਜਾਓਗੇ ਤੇ ਮੈਂ ਆਣੀ ਇਸੇ ਤਰ੍ਹਾਂ ਪ੍ਰੋਗਰਾਮ ਚੱਲਦਾ ਰਹੇ ਤੇ ਪੈਨੀ ਮੇਰੀ ਧੀਆਂ ਵਰਗੀ ਵਾਹਿਗੁਰੂਆਂ ਨੂੰ ਉਦਮ ਦੇਵੇ ਇਸ ਤੋਂ ਵੀ ਅੱਗੇ ਵਧਣ ਤੇ ਸਾਰੀ ਜਿਹੜੀ ਪਬਲਿਕ ਦੁਨੀਆ ਭੈਣ ਭਰਾ ਕਾਲਰ ਸੁਣਦੇ ਨੇ ਤੇ ਖੁਸ਼ ਹੁੰਦੇ ਨੇ ਤੇ ਅਸੀਂ ਅਸੀਂ ਜਿਹੜੇ ਅੱਜ ਆਏ ਬੈਠੇ ਨੇ ਇਹਨਾਂ ਦਾ ਵੀ ਥੈਂਕ ਯੂ ਇਹਨੇ ਬੜੀਆਂ ਸੋਹਣੀਆਂ ਗੱਲਾਂ ਸੁਣਾਈਆਂ ਮੈਂ ਸੁਣ ਰਹੀ ਸੀ ਇਸੇ ਤਰ੍ਹਾਂ ਹੀ ਰੌਣਕਾਂ ਵਧਾਈ ਰੱਖੋ ਤੇ ਸਾਰੇ ਜਿਹੜੇ ਤੁਸੀਂ ਵੀ ਬੇਟੇ ਕਾਲਰ ਹੋ ਆਪਣੇ ਐਂਕਰ ਹੋ ਤੁਸੀਂ ਵੀ ਨਵੇਂ ਨਵੇਂ ਪ੍ਰੋਗਰਾਮ ਲਿਆ ਕੇ ਸਾਰਿਆਂ ਨੂੰ ਖੁਸ਼ ਕਰ ਦਿਓ ਨਾਲੇ ਹੋਰ ਵੀ ਕਰੋ ਤੇ ਮੇਰੇ ਵੱਲੋਂ ਬਾਰ ਬਾਰ ਫਿਰ ਹੈਪੀ ਬਰਥਡੇ ਐਨਵਰਸਰੀ
14 ਸਾਲ ਤੇ 15 ਸਾਲ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਤੇ ਅਸੀਂ ਵੀ ਖੁਸ਼ ਰਹੀਏ, ਵੇਖਦੇ ਰਹੀਏ, ਚੰਗੇ ਚੰਗੇ ਪ੍ਰੋਗਰਾਮ ਲਿਆਓ ਤੇ ਵਾਹਿਗੁਰੂ ਤੁਹਾਨੂੰ ਸਦਾ ਖੁਸ਼ੀਆਂ ਬਖਸ਼ੇ ਤੇ ਜਸ ਪੰਜਾਬੀ ਅੱਗੇ ਵੱਧਦਾ ਰਹੇ ਤੇ ਚੰਦ ਚੜ੍ਹਦਾ ਰਹੇ। ਜੀ ਬਹੁਤ ਬਹੁਤ ਮਿਹਰਬਾਨੀ ਜੀ। ਜਸ ਪੰਜਾਬੀ ਗੱਭਰੂ ਹੋ ਰਿਹਾ ਵਾ, 15ਵੀਂ ਦੇ ਵਿੱਚ ਪੈਰ ਰੱਖ ਲਿਆ ਵਾ। ਹਾਂਜੀ ਪੰਡਾਓ ਗੱਭਰੂ ਤਾਂ ਹੋ ਗਿਆ, ਜਦੋਂ 15-16 ਸਾਲ ਚ ਬੱਚਾ ਚਲਾ ਜਾਂਦਾ ਉਹ ਗੱਭਰੂ ਹੋ ਹੀ ਜਾਂਦਾ। ਹਾਂਜੀ ਹਾਂਜੀ ਜੀ, ਹੁਣ ਗੱਭਰੂ ਹੋ ਰਿਹਾ ਹੈ ਨਾ। ਜਦੋਂ 8 ਦਿਨ ਹੋਏ ਸੀ ਨਾ ਲੱਗੇ ਨੀ ਚੈਨਲ ਨੂੰ ਜਸ ਪੰਜਾਬੀ ਨੂੰ, ਅਸੀਂ 1 ਵੀਕ ਬਾਅਦ ਲਵਾਇਆ ਸੀ ਤੇ ਤੁਸੀਂ ਵੇਖ ਲਓ ਸਾਨੂੰ 14 ਸਾਲ ਤੇ 15 ਲੱਗ ਗਿਆ। ਜੀ ਜੀ ਤੁਹਾਡਾ ਆਸ਼ੀਰਵਾਦ ਆ। ਦਿਆਲਪੁਰੀ ਸਾਹਿਬ, ਇਹ ਜਸ ਪੰਜਾਬੀ ਦੇ ਉੱਪਰ ਆਸ਼ੀਰਵਾਦ ਆ ਮਾਤਾਵਾਂ ਦਾ, ਭੈਣਾਂ ਦਾ, ਭਰਾਵਾਂ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ, ਜਿੱਥੇ ਕਿ ਇਸ ਅਸੀਂ ਭਾਵੁਕ ਹੋ ਜਾਂਦੇ ਹਾਂ। ਜਦੋਂ ਕਾਲਾਂ ਕਈ ਵਾਰ ਇੱਦਾਂ ਦੀਆਂ ਆਉਂਦੀਆਂ ਨੇ ਸਾਨੂੰ ਭਾਵੁਕ ਵੀ ਕਰ ਦਿੰਦੇ ਨੇ ਕਿ ਸਾਨੂੰ ਇੰਨਾ ਪਿਆਰ ਕਰਦੀ ਆ ਸਾਡੀ ਆਡੀਅੰਸ ਕਿ ਅਸੀਂ ਬਾਗੋ ਬਾਗ ਹੋ ਜਾਂਦੇ। ਸਰ ਨਿੱਕ ਭਾਜੀ, 14 ਸਾਲ ਦੀ ਹੋ ਗਈ ਜੈਕੁਰ, ਇਹ ਸਾਲ 15ਵਾਂ ਚੜਿਆ, ਹੁਮ ਹੁਮਾ ਕੇ ਚੜੀ ਜਵਾਨੀ ਤੇ ਤੇਰਾ ਬਾਪ ਪੰਡਤਾਂ ਘਰ ਵੜਿਆ, ਪੰਡਤੋ ਸਾਹਾ ਕੱਢੋ, ਦਊਂਗਾ ਮੈਂ ਜੋ ਬਣਿਆ ਸੋ ਸਰਿਆ, ਮਿੱਤਰਾਂ ਨੂੰ ਫਿਕਰ ਪਿਆ, ਵਿਆਹ ਜੈ ਕੌਰ ਦਾ ਧਰਿਆ। ਜਦੋਂ 16 ਸਾਲ ਦੀ ਇਹ ਮਿੱਤਰਾਂ ਨੂੰ 15 ਸਾਲ ਤੋਂ ਬਾਅਦ 16ਵੇਂ ਚ ਕਿ ਮਿੱਤਰਾਂ ਨੂੰ ਫਿਕਰ ਪਿਆ, ਵਿਆਹ ਜੈ ਕੌਰ ਦਾ। ਜੀ ਜੀ ਠੀਕ ਨੀ ਮੈਂ 14 ਸਾਲ ਮੈਂ ਮਾਤਾ ਦੇਖ ਰਹੇ ਹੋਗੇ ਕਿ ਮੈਂ ਜਿੱਦਾਂ ਤਿਆਰ ਹੋ ਕੇ ਬੈਠਾ ਵੀ ਜਿੱਦਾਂ ਯੂਨੋ ਵਿਆਹ ਵਾਲਾ ਮਾਹੌਲ ਹੁੰਦਾ ਆ। ਸੋ ਉਹ ਇੰਨਾ ਚਾਹ ਵਾ ਸਾਨੂੰ ਕਿ ਸਾਡਾ ਚੈਨਲ ਤਰੱਕੀਆਂ ਕਰ ਰਿਹਾ ਵਾ ਤੇ ਆਸ਼ੀਰਵਾਦ ਆ ਮਾਵਾਂ ਭੈਣਾਂ ਦਾ ਤੁਹਾਡਾ ਸਾਰਿਆਂ ਦਾ। ਸੀ ਵੀ ਅੱਜ ਇਦਾਂ ਲੱਗ ਰਿਹਾ ਕੋਈ ਜਿੱਦਾਂ ਅੱਜ ਬਰਾਤੀ ਵਾਲਾ ਸੂਟ ਤੁਹਾਡਾ, ਜਿਹੜਾ ਕਲਰ ਹੈ ਨਾ ਅੱਜ ਟਾਈ ਦਾ ਵੀ ਤਬਾਹੀ ਹੈ। ਦੂਜੇ ਨੰਬਰ ਤੇ ਜਿਹੜੀ ਮਾਂ ਜੀ ਨੇ ਉਹ ਗੱਲ ਆਖੀ ਨਾ ਸਾਡੀ ਸਤਿਕਾਰਯੋਗ ਵੱਡੀ ਭੈਣ ਨੇ ਕਿ 8 ਦਿਨ ਤੋਂ ਬਾਅਦ ਮੈਂ ਜਸ ਪੰਜਾਬੀ ਲਵਾ ਲਾ, ਦੇਖੋ ਕਿੰਨਾ ਲੰਮਾ ਪੀਰੀਅਡ ਆ ਜੀ। ਇਹ ਬਹੁਤ ਹੀ ਬਹੁਤ ਨਾ ਤੁਹਾਡੀ, ਤੁਸੀਂ ਸਾਰੇ ਹੀ ਜਸ ਪੰਜਾਬੀ ਦੀ ਟੀਮ ਵਧਾਈ ਦੀ ਪਾਤਰ ਹੋ, ਖਾਸ ਕਰਕੇ ਸਾਡੇ ਦੀਪਕ ਧਮਾਨ ਸਾਹਿਬ ਹੋਣੀ ਤੇ ਉਹਨਾਂ ਦੇ ਝੋਲੀ ਦੇ ਵਿੱਚ ਇੰਨੀਆਂ ਅਰਦਾਸਾਂ ਦੁਆਵਾਂ ਬਲੈਸਿੰਗ ਪੈ ਰਹੀਆਂ ਨੇ ਜੀ ਸਰ। ਸੋ ਖੁਸ਼ੀ ਦੇ ਮੌਕੇ ਤੇ ਇੱਕ ਖੁਸ਼ੀ ਦਾ ਗੀਤ ਹੋ ਜਾਵੇ। ਹਾਂ ਲੈ, ਤੁਹਾਡੀ ਚੜ੍ਹਦੀ ਕਲਾ ਦਾ ਗੀਤ ਹੀ ਆ ਜੀ ਬਸ ਜੀ, ਜਸ ਪੰਜਾਬੀ ਦੇ ਨਾਂ ਦਾ ਹੀ ਆ। ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੈ ਕਿ ਬਦਾਮ ਖਾਧੇ ਆ ਜੇ ਕਿਸੇ ਨੂੰ ਅਕਲ ਆਉਂਦੀ, ਤੇ ਇੱਥੇ ਹਰ ਕੋਈ ਅਕਲਮੰਦ ਹੁੰਦਾ। ਬਦਾਮ ਖਾਧੇ ਆ ਜੇ ਕਿਸੇ ਨੂੰ ਅਕਲ ਆਉਂਦੀ, ਤੇ ਇੱਥੇ ਹਰ ਕੋਈ ਅਕਲਮੰਦ ਹੁੰਦਾ। ਸੁਰਖੀ ਪਾਊਡਰ ਲਾ ਕੇ ਜੇ ਰੂਪ ਨਿਖਰ ਜਾਂਦਾ, ਤੇ ਇੱਥੇ ਸਾਰਾ ਨਿਊਯਾਰਕ 14ਵੀਂ ਦਾ ਚੰਦ ਹੁੰਦਾ। ਪਰ ਦਿਆਲਪੁਰੀ ਮੰਜ਼ਲਾਂ ਉਹੀ ਪਾਉਂਦੇ ਨੇ ਜਿਹਨਾਂ ਦਾ 24 ਘੰਟੇ ਹੌਸਲਾ ਬੁਲੰਦ ਹੁੰਦਾ। ਇਹ ਤੁਹਾਡੇ ਹੌਸਲੇ ਬੁਲੰਦ ਆ। ਹਜੇ ਮੈਨੂੰ ਲੱਗਦਾ ਕਿ ਇਹ ਬਹੁਤ ਪੀਰੀਅਡ ਲੰਬੀ ਗੇਮ ਖੇਡੋਗੇ ਤੁਸੀਂ, 2020 ਵਾਲੇ ਨਹੀਂ, ਨਾ ਤੁਸੀਂ ਵਨਡੇ ਵਾਲੇ ਹੋ, ਤੇ ਵੱਡਾ ਟੈਸਟ ਮੈਚ ਖਿੱਚੋਗੇ ਤੁਸੀਂ ਜੀ ਸਰ। ਆਸ਼ੀਰਵਾਦ ਜੀ, ਇਹ ਵਾਹਿਗੁਰੂ ਦਾ ਆਸਰਾ। ਖੁਸ਼ੀ ਦੀ ਗੱਲ ਇਹ ਸੁਣਾਉਣ ਲੱਗਾ ਜੀ ਕਿ ਮਿਰਜੇ ਦੇ ਵਾਂਗੂ ਮੈਂ ਨੀ ਸੋਣਾ ਜੰਡ ਥੱਲੇ, ਜੱਗੇ ਜੱਟ ਵਾਂਗੂ ਨੀ ਕਰਾਉਣੀ ਬੱਲੇ ਬੱਲੇ, ਮੇਰੇ ਨਾਲ ਜੇ ਕਰੇਗੀ ਹੇਰਾ ਫੇਰੀਆਂ ਮੈਂ ਲਾਉਣੀਆਂ ਨੀ ਦੇਰੀਆਂ, ਨੇਰੀਆਂ ਲਿਆ ਤੋ ਜਸ ਪੰਜਾਬੀ ਵਾਲਿਓ ਨੇਰੀਆਂ, ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ, ਨੇਰੀਆਂ ਲਿਆ ਦੀ ਬਾਠਾ ਨੇਰੀਆਂ, ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ। ਉਹ ਕਿਹੜਾ ਉੱਚਾ ਨੀਵਾਂ ਬੋਲਦਾ ਜਬਾਨ ਤੋਂ, ਕੀ ਦਾ ਅੰਨ ਪਾਣੀ ਮੁੱਕਿਆ ਜਹਾਨ ਤੋਂ, ਗੱਲਾਂ ਲੋਹੇ ਤੇ ਲਕੀਰ ਬਿੱਲੋ ਮੇਰੀਆਂ, ਮੈਂ ਕਰਾਂ ਵੱਡ ਢੇਰੀਆਂ, ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ, ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ। ਕਿਉਂਕਿ ਤੁਹਾਡਾ ਇਹ ਗੀਤ ਲੋਕਾਂ ਤੱਕ ਪਹੁੰਚਿਆ, ਰੋ ਖਾਸ ਇਹ ਵੀ ਹੈ ਕਿ ਮੇਰੇ ਬਹੁਤ ਹੀ ਵਧੀਆ ਮਿੱਤਰ ਨੇ USA ਤੋਂ ਹੀ, ਸੰਦੀਪ ਸਿੰਘ ਸਰਹਾਲ, ਉਹਦਾ ਮੈਂ ਗਾਣਾ, ਜਿਹੜਾ ਗਾਣੇ ਦਾ ਨਾਂ ਆ ਉਹ ਵੀ ਅੱਜ ਮੈਂ ਪਹਿਲੀ ਵਾਰੀ ਅਨਾਊਂਸ ਕਰਨ ਲੱਗਾ ਤੁਹਾਡੇ ਚੈਨਲ ਤੇ ਜੀ। ਖੁਸ਼ੀ ਦੀ ਗੱਲ ਹੈ ਕਿ ਲੰਮਾ ਤੁਹਾਡਾ ਪੀਰੀਅਡ ਚੱਲਣਾ ਹੈ ਜਾਂ 14 ਸਾਲ ਤੁਸੀਂ ਕੱਢ ਚੁੱਕੇ ਹੋ, ਤੁਹਾਡਾ ਵੀ ਬੜਾ ਤਜਰਬਾ ਹੋ ਚੁੱਕਾ ਹੈ। ਇਹ ਚਾਹੇ ਉਹ ਕਿਸੇ ਇਸ਼ਤਿਹਾਰੀ ਪਾਰਟੀ ਨਾਲ ਹੋਵੇ ਜਾਂ ਕਿਸੇ ਨਾਲ ਟਾਈਮ ਦਾ ਜਾਂ ਤੁਹਾਡੇ ਹੋਸਟ ਨਾਲ,
दीपक भाजी होना का भी बड़ा तजर्बा हो चुका है। संदीप सराल होना का एक होर खुशी का गीत है कि जिन्हों म्यूजिक किया द म्यूजिक फैक्टरी करनैल भाजी होना के नाल छब्बा खलवाड़े होना वीडियो बहुत वधिया कीती है और ट्रिपल एस कंपनी दे विच गाना आ ते साडे सोहन सिंह जी अंकल जी वह इसका प्रोड्यूसर ने वह गाना जी नवा गाना जी इस करके मैं देख के गाउन लगा जी। ओके नो पैरियां नू पता डौलियां दे बलदा कंप्यूटर तो तेज है दिमाग चलदा कई लोकां दे गलत भुलेखे लग जांदे साडे ते पर वैरियां नू पता डौलियां दे बलदा कंप्यूटर तो तेज है दिमाग चलदा हेरा फेरी कर जाऊ कौन साडे नाल सच लुकियो दिमाग विच कढ लईदा टोपी साडी उत्ते पाउण दी ट्राई ना तू कर असी ठगां दे ठगां नू वी ठग लईदा ओ टोपी साडी उत्ते पाउण दी तू कोशिश ना कर असी ठगां दे ठगण वाले नू ठग लईदा गली गली बैठे साडे चेले वाल के उंजे एफ वी ते फुल रहिंदे बहुत जट दे गली गली बैठे साडे चेले वाल के उंजे एफ वी ते फुल रहिंदे बहुत जट दे कोई भी मैट्रिक दे कल ते नहीं पाया हुंदे फैसले ही आउण दी सपोर्ट जट दे वैरियां दी उत्थे तक पहुंच भी नहीं जांदी असी उत्थे तक झंडे देखो गड्ढ लई दे निक जी हां जी टोपी साडी उत्ते पाउण दी ट्राई ना तू कर असी ठगां दे ठगण वाले ठग लई दे ओ टोपी साडी उत्ते पाउण दी ट्राई ना तू कर असी ठगां दे ठगण वाले ठग लई दे लास्ट जी मुक्ता कर रहे हां प्यार नाल भावें साडी जिंद कढ लईए कदे कदे जित्ती नहीं ओ गेम होशियारी नाल वई मुढ तो संदीप दे सरहाल दे असूल रहिंदी कट्टणी है उच्ची ही उडारी नाल वई कौन अपना बगाना कौन साडी अख दसदी कर दुद्ध विचों पानी भी अलग देईदा टोपी साडी उत्ते पाउण दी कोशिश ना कर असी ठगां दे ठगण नूं भी ठग लईदा डोंट ट्राई टोपी साडी उत्ते पाउण दी ट्राई ना तू कर असी ठगां दे ठगण वाले ठग लईदा ਜੀ ਸਰ ਸੰਦੀਪ ਜੀ ਨਵਾਂ ਮੇਰਾ ਟਰੈਕ ਥੋੜੇ ਦਿਨਾਂ ਤੱਕ ਆ ਰਿਹਾ ਇਸੇ ਕਰਕੇ ਇਹ 15ਵੇਂ ਸਾਲ ਦੇ ਵਿੱਚ ਮੈਸੇਜ ਹੈ ਕਿ ਕਿਸੇ ਉੱਤੇ ਟੋਪੀ ਪਾਉਣ ਦੀ ਕੋਸ਼ਿਸ਼ ਨਹੀਂ ਕਰਦੀ ਮੇਰਾ ਇਹੋ ਮੈਸੇਜ ਹੈ ਕਿ ਜੋ ਕੰਮ ਹੋਵੇ ਇਮਾਨਦਾਰੀ ਨਾਲ ਹੋਵੇ ਨਾਈਸ ਪਰਸਨ ਨਾਲ ਹੋਵੇ ਹਾਰਡ ਵਰਕ ਨਾਲ ਹੋਵੇ ਜਿੰਨੇ ਵੀ ਸਤਿਕਾਰਯੋਗ ਸਾਡੇ ਭੈਣ ਭਰਾ ਜੋਬ ਤੇ ਜਾਂਦੇ ਆ ਉਹਨਾਂ ਦੀ ਜੋਬ ਨੂੰ ਸਲਾਮ ਉਹਨਾਂ ਦੀ ਮਿਹਨਤ ਉਹਨਾਂ ਦੇ ਹਾਰਡ ਵਰਕ ਨੂੰ ਸਲਾਮ ਆ ਇਮਾਨਦਾਰੀ ਜਿੰਦਾਬਾਦ ਸੱਚ ਜਿੰਦਾਬਾਦ ਕਿਉਂਕਿ ਨਿੱਕ ਬਾਜੀ ਜਿਹਦੇ ਕੋਲ ਹੈ ਸੱਚ ਤੇ ਭਾਵਾਂ ਕੋਠੇ ਚੜ ਕੇ ਨੱਚ ਜੀ ਠੀਕ ਦੀ ਗੱਲ ਜੀ ਇਹ ਸੰਦੀਪ ਸਰਾਲ ਦਾ ਨਵਾਂ ਗੀਤ ਹੈ ਸਰ ਕਿ 15ਵੇਂ ਸਾਲ ਦੀ ਜਿਹੜੀ ਦਿਲ ਦੀਆਂ ਗੱਲਾਂ ਇਹ ਖੁਸ਼ੀ ਨਾਲ ਕੀਤੀ ਹੈ ਨੇਰੀਆਂ ਤੋਂ ਕੀਤੀ ਹੈ ਜੀ ਕਿ ਹੁਣ ਤੁਸੀਂ ਲਿਆਉਣੀਆਂ ਜੀ ਸਰ ਬਹੁਤ ਖੂਬਸੂਰਤ ਗੀਤ ਆ ਬਹੁਤ ਖੂਬਸੂਰਤ ਵਰਡਿੰਗ ਆ ਕਿਉਂਕਿ ਆਹ ਚੀਜ਼ਾਂ ਦਾ ਜਦੋਂ ਆਪਾਂ ਕੋਈ ਵੀ ਕੰਮ 'ਚ ਪੈਂਦੇ ਹਾਂ ਕੁੱਤੇ ਵੀ ਹਾਂ ਤਾਂ ਸਾਨੂੰ ਇਸ ਚੀਜ਼ਾਂ ਦਾ ਜਿਹੜੀਆਂ ਵਰਡਿੰਗਸ ਹੈਗੀਆਂ ਨੇ ਮੈਂ ਤਾਂ ਕਦੀ ਵੀ ਮੈਂ ਵਾਪਸ ਜਵਾਬ ਨਹੀਂ ਦਿੰਦਾ ਹੁੰਦਾ ਕਈ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਕਰਨੀਆਂ ਪੈ ਰਹੀਆਂ ਨੇ ਪਰ ਉਹ ਜਿਹੜਾ ਅਸੀਂ ਕੰਮ ਸੱਚੀ ਲਗਨ ਦੇ ਨਾਲ ਕਰ ਰਹੇ ਹਾਂ ਇੱਕਜੁੱਟ ਹੋ ਕੇ ਇੱਕ ਟੀਮ ਵਰਕ ਦੇ ਨਾਲ ਜੁੜ ਕੇ ਜਿਹੜਾ ਜਸ ਪੰਜਾਬੀ ਇਹ ਬੂਟਾ ਜਿਹੜਾ ਵੱਧ ਫੁੱਲ ਰਿਹਾ ਵਾ ਉਹ ਇੱਕ ਸਾਡਾ ਹਾਰਡ ਵਰਕ ਆ ਟੀਮ ਵਰਕ ਆ ਜਿਸ ਦਾ ਪਰੂਫ ਆ ਸਾਰਿਆਂ ਦੇ ਸਾਹਮਣੇ ਅਤੇ ਜੇ ਕੋਈ ਸਾਡੀ ਬੈਕ ਦੇ ਉੱਪਰ ਆ ਕੋਈ ਕੁਛ ਵੀ ਕਿਸੇ ਤਰੀਕੇ ਦੇ ਨਾਲ ਪਿੱਛੇ ਜੇ ਇੱਕ ਗੱਲ ਹੋਈ ਸੀ ਮੈਂ ਉਸ ਚੀਜ਼ ਨੂੰ ਵੱਡੀ ਨਹੀਂ ਕੀਤਾ ਪਰ ਉਹ ਵੀ ਜਿਉਂਦੇ ਰਹਿਣ ਅਤੇ ਸਾਡਾ ਜਸ ਪਰਿਵਾਰ ਵੀ ਬੁਲੰਦੀਆਂ 'ਤੇ ਆ ਅਤੇ ਬੁਲੰਦੀਆਂ 'ਤੇ ਹੀ ਰਹੇਗਾ ਦਰਸ਼ਕੋ ਵੇਲਾ ਚੱਲਿਆ ਬ੍ਰੇਕ ਦਾ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਅਤੇ ਜੇ ਤੁਸੀਂ ਵੀ ਸਾਡੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰੀਕੇ ਦਾ ਤੁਹਾਡਾ ਕੋਈ ਵੀ ਈਵੈਂਟ ਹੈਗਾ ਆ ਕੋਈ ਪ੍ਰੋਗਰਾਮ ਹੈਗਾ ਜਾਂ ਕੋਈ ਬਿਜ਼ਨਸ ਹੈਗਾ ਵਾ ਈਵਨ ਤੁਹਾਡੇ ਕੋਲ ਕੋਈ ਵੀ ਟੈਲੈਂਟ ਹੈਗਾ ਵਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ ਕਿਉਂਕਿ ਸਾਡੇ ਇਹ ਪ੍ਰੋਗਰਾਮ ਵਰਲਡਵਾਈਡ ਚੱਲਦੇ ਨੇ ਦੁਨੀਆ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਪ੍ਰਸਾਰਿਤ ਹੁੰਦੇ ਨੇ ਵੱਖਰੇ ਵੱਖਰੇ ਸਮੇਂ ਦੇ ਉਹਨਾਂ ਦੇ ਟਾਈਮ ਦੇ ਜਿਉਣ ਦੇ ਹਿਸਾਬ ਨਾਲ ਅਤੇ ਜੇ ਤੁਸੀਂ ਵੀ ਇਸ ਪਰਿਵਾਰ ਦਾ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਸਾਡੇ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਸ਼ੋਅ ਨੇ
इस चैनल के उपर बड़ी कृपा वाहेगुरु की। तो तुम साढ़े जुड़ सकते हो nik@justbroadcasting.com के उपर या फिर info@justbroadcasting.com के उपर। तो चल रहे लाइव शो के जे तुम गलबात करना चाहते हो, कोई भी अपना एक्सपीरियंस शेयर करना चाहते हो, कोई अपनी खुशी जाहिर करना चाहते हो, तो साढ़े कॉल करके थले लिखे नंबर के उपर साढ़े जुड़ सकते हो। सो दर्शको गल्लां बातां बहुत ने, बहुत सारिया करनिया ने, तो स्वागत है दयालपुरी साहब ता ब्रेक तो बाद एक बार फिर। मैं क्या जी अपना चैनल है कहदा स्वागत है जी, सानू तो खुशी बड़ी है जी, साडा 14 साल पूरे हो गए, साडे फगवाड़े वाले ने इन्निया मल्ला मारियां जी, दीपक धमान साहब होना ने, मैं तो अंकल जी नू जाके दसना जी बहुत वधिया काम आ उहना दा, और बड़े तरीके नाल पाठ साहब भी बहुत सिंसियर ने जी। सर मैं तो अजे इस थोड़ा कि समा होया वा, पर पैमी संधू हुणी हो गए, दीपक भाजी हो गए, सारी टीम का प्यार इन्ना मिलया कि मज़ा आउंदा काम करन दा। मैं तो जिदा एक आपां एज ए सेवादार जिदा कह दिंदे आ कि मैं तो पूरा जोर अपना ला दिंदा हुंदा वा, कोई भी प्रोग्राम होए, कोई भी शो होए, कोई भी ईवेंट होए, तो मैं तो परवाह नहीं की, इन्नियां रैलीज होईयां ने, तो ईवन कि मैनू कई रिस्ट्रिक्शन है ने क्राउड के जाने तो या दिस एंड दैट, पर मैं कहना ना वाहेगुरू का आशीर्वाद होना चाहिए वा, वधिया काम करन जा रहे हैं तो सारा कुछ वधिया ही होगा। एक बार जी ताडे सारिआं वास्ते मैडम वास्ते भी, भाजी धमान साहब वास्ते भी, ताडे वास्ते भी, रणजीत वास्ते, बिगवाल वास्ते भी, कि ना अकदे ते कि ना कदे थकदे। तुसीं इह समझो कि 14 साल का सफर बहुत अजे छोटा सी, ਹਜੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ 25 ਸਾਲ ਵੀ ਤੁਸੀਂ ਮਨਾਉਣੀ ਆ ਜੀ ਜੀ, ਤੇ ਸਾਰੇ ਸਿੰਗਰ ਇਕੱਠੇ ਹੋ ਕੇ ਇੱਥੇ ਤੁਹਾਡੇ ਕੋਲ ਆਵਾਂਗੇ ਤੇ ਇਕੱਠੇ ਹੋ ਕੇ ਮਨਾਵਾਂਗੇ, ਕਿ ਨਾ ਉਹ ਅੱਕਦੇ ਤੇ ਨਾ ਕਦੇ ਥੱਕਦੇ, ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆਂ ਤੇ ਛਾ ਜਾਂਦੇ ਨੇ, ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਉਹ ਮੰਜ਼ਿਲਾਂ ਨੂੰ ਪਾ ਜਾਂਦੇ ਨੇ, ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਉਹ ਮੰਜ਼ਿਲਾਂ ਨੂੰ ਪਾ ਜਾਂਦੇ ਨੇ। ਕੋਈ ਨਹੀਂ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ ਦੁਨੀਆਂ ਦੇ ਵਿੱਚ, ਇਹ ਜ਼ਿੰਦਗੀ ਆ ਜੀ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਜੀਣ ਦਾ ਨਾਂ ਹੈ। ਪਰਮਾਤਮਾ ਕਰੇ ਕਿ ਇਹ ਜਿਹੜੇ ਕਰਾਊਡ ਵਾਲੇ ਇਹ ਮੇਲੇ ਆ ਫਿਰ ਦੁਬਾਰਾ ਲੱਗਣ, ਜਿਹੜੀ ਇਹ ਬਹੁਤ ਵੱਡੀ ਮਹਾਮਾਰੀ ਹੈ, ਪੂਰੀ ਦੁਨੀਆ ਵਿੱਚ ਭਸਮ ਹੋ ਜਾਵੇ। ਅਸੀਂ ਇਹ ਨਹੀਂ ਕਹਿੰਦੇ ਹੁੰਦੇ ਕਿ ਮੈਂ ਅਰਦਾਸ ਕਰਦਾ ਹੁੰਦਾ ਗੁਰਦੁਆਰਾ ਸਾਹਿਬ ਜਾ ਕੇ ਕਿ ਸੱਚੇ ਪਾਤਸ਼ਾਹ, ਇਹ ਨਹੀਂ ਕਿ ਸਾਡੇ ਜਲੰਧਰੋਂ ਜਾਂ ਪੰਜਾਬ 'ਚੋਂ ਜਾਂ ਇੰਡੀਆ 'ਚੋਂ ਖਤਮ ਹੋ ਜਾਵੇ, ਅਰਦਾਸ ਕਰੇਗੀ ਸੱਚੇ ਪਾਤਸ਼ਾਹ ਪੂਰੀ ਦੁਨੀਆ 'ਚੋਂ ਭਸਮ ਹੋ ਜਾਵੇ। ਬਸ ਅਸੀਂ ਵੀ ਆਉਂਦੇ ਜਾਂਦੇ ਰਹੀਏ, ਸਾਡੀਆਂ ਤਾਂ ਤੁਸੀਂ ਸੱਚ ਜਾਣਿਓ ਜੀ, ਅਸੀਂ ਤਾਂ 22 ਮਾਰਚ 2020 ਤੋਂ ਬਾਅਦ ਕੋਈ ਫਲਾਈਟ ਹੀ ਨਹੀਂ ਲਈ, ਇੰਡੀਆ ਦੇ ਇੰਡੀਆ ਬੈਠੇ ਹੋਏ ਹਾਂ ਜੀ। ਜੀ ਇਹ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ, ਜਿੱਦਾਂ ਹੁਣ ਸਾਡੇ ਇੱਕ ਪਿੱਛੇ ਜਿਹੇ ਫੰਕਸ਼ਨ ਸੀਗਾ, ਸਾਡੇ ਘਰ ਦੇ ਜਾਣਾ ਚਾਹੁੰਦੇ ਸੀ, ਉਹ ਸਿਟੀਜ਼ਨਸ ਨੂੰ ਤਾਂ ਬਿਲਕੁਲ ਹੀ ਵੀਜ਼ਾ ਨਹੀਂ ਮਿਲਦਾ, ਸੋ ਉਹ ਫਿਰ ਕਈ ਚੀਜ਼ਾਂ ਮਿਸ ਹੋਈਆਂ, ਤਾਂ ਉਸ ਦੇ ਵਿੱਚ ਚਲੋ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਜਿਹੜਾ ਸਮਾਂ ਕੱਢਿਆ ਵਾ, ਇੱਕ ਉਸ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਘਰ ਦੇ ਵਿੱਚ ਰਹਿ ਕੇ, ਕਿਉਂਕਿ ਉਹ ਇੱਕ ਇਹੋ ਜਿਹਾ ਸਮਾਂ, ਇੰਨੇ ਬਿਜ਼ੀ ਹੋ ਗਏ ਸੀ ਅਸੀਂ, ਮਸ਼ੀਨ ਬਣ ਗਏ ਸੀਗੇ ਕਿ ਭੱਜਣਾ ਘਰ ਆਏ ਹਾਂ, ਰੋਟੀ ਖਾਧੀ, ਸੌਂ ਗਏ, ਫਿਰ ਕੰਮ 'ਤੇ ਹਾਂ, ਚਲੋ ਜੀ ਸਟੋਰ ਖੋਲ੍ਹਣਾ ਆ, ਚਲੋ ਜੀ ਆਹ ਕਰਨਾ ਆ, ਚਲੋ ਜੀ ਇਨਵੈਂਟਰੀ ਕਰਨੀ ਆ, ਇਹ ਕਰਨਾ ਵੋ ਕਰਨਾ, ਉਹਨਾਂ ਚੀਜ਼ਾਂ ਤੋਂ ਚਲੋ ਇੱਕ ਬ੍ਰੇਕ ਮਿਲੀ ਆ, ਅਤੇ ਬ੍ਰੇਕ ਦੇ ਵਿੱਚ ਹੀ ਮੈਨੂੰ ਜਸ ਪਰਿਵਾਰ ਮਿਲ ਗਿਆ, ਅਤੇ ਜਸ ਪਰਿਵਾਰ ਨੇ ਤਾਂ ਮੈਨੂੰ ਐਨ ਵਧੀਆ ਕਰਤਾ। ਨਹੀਂ ਬਹੁਤ ਜੀ ਬਹੁਤ, ਚਲੋ ਇਹ ਤਾਂ ਪਰਮਾਤਮਾ ਦਾ ਸਭ ਕੁਛ ਆਸ਼ਵਾਸ ਹੈ ਜੀ, ਅਤੇ ਕਿੱਦਾਂ ਕਿੱਦਾਂ ਪਰਮਾਤਮਾ ਨੇ ਜੋ ਵੀ ਢੋ ਮੇਲੇ ਬਣਾਏ ਆ, ਪਰ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਜੀ ਸਰ। ਸੋ ਇੱਕ ਜਿੱਦਾਂ ਆਪਾਂ ਮੇਲਿਆਂ ਦਾ ਬਾਦਸ਼ਾਹ ਕਹਿੰਦੇ ਆ ਦਿਆਲਪੁਰੀ ਸਾਹਿਬ ਨੂੰ, ਸੋ ਇੱਕ ਗੀਤ ਕੋਈ ਮੇਲੇ ਵਾਲਾ ਕੋਈ, ਕਿਉਂਕਿ ਮੈਂ ਇੱਕ ਦੋ ਖਬਰਾਂ ਹੈਗੀਆਂ ਨੇ ਜਿਹੜੀਆਂ ਉਹ ਵੀ ਦੱਸਣੀਆਂ ਨੇ, ਪਰ ਮੈਂ ਚਾਹੁੰਦਾ ਉਸ ਤੋਂ ਪਹਿਲਾਂ ਮਾਹੌਲ ਜਿੱਥੇ ਹੈਗਾ ਉੱਥੇ ਰੱਖੀ। ਜੀ 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 ਜੀ, ਇਸੇ ਤੰਦਰੁਸਤੀ ਵਾਸਤੇ ਹੀ ਜਿੱਦਾਂ ਮੈਂ ਗੱਲ ਕਰ ਰਿਹਾ ਕਿ ਪਰਮਾਤਮਾ ਸਾਰਿਆਂ ਦਾ ਮਾਹੌਲ ਠੀਕ ਰੱਖੇ, ਪੂਰੀ ਦੁਨੀਆ ਦਾ ਉਹ ਹੈ ਜੀ। ਸੁਣ ਪਈ ਮੁੰਡਿਆ ਗੱਲ ਸੁਣਾਵਾਂ, ਗੱਲ ਸੁਣਾਵਾਂ, ਕੰਨ ਕਰਕੇ ਵੀ ਗੱਲ ਸੁਣਾਵਾਂ, ਸੁਣ ਜਾ ਮੇਰੀ। 84 ਜੂਨ ਭੁਗਤ ਕੇ ਜੂਨ ਬੰਦੇ ਦੀ ਤੇਰੀ ਜੁਗ ਤੇ ਫੇਰੀ। ਗੁਰੂਆਂ ਦੀ ਗੁਰਬਾਣੀ ਦੱਸਦੀ ਇਹ ਸਿਮਰਨ ਦਾ ਵੇਲਾ, ਰੱਖ ਸਾਂਭ ਜਵਾਨੀ ਨੂੰ ਦੁਨੀਆ ਤੰਦਰੁਸਤੀ ਦਾ ਮੇਲਾ, ਰੱਖ ਸਾਂਭ ਜਵਾਨੀ ਨੂੰ ਉਹ ਦੁਨੀਆ ਤੰਦਰੁਸਤੀ ਦਾ ਮੇਲਾ। ਖਾਣ ਪੀਣ ਦੀਆਂ ਉਮਰਾਂ ਸਾਰੇ ਸੱਜਣਾ ਬਚਪਨ ਅਤੇ ਜਵਾਨੀ, ਬੁੱਢੇ ਵੇਲੇ ਕੀ ਹੋਣਾ ਏ ਜਦ ਆਖਰ ਤੇ ਜ਼ਿੰਦਗਾਨੀ।
ਧੀਆਂ ਪੁੱਤਰ ਸਭ ਸਾਂਭ ਲੈਣਗੇ ਜੋੜਿਆ ਪੈਸਾ ਧੇਲਾ। ਇਹ ਸਾਡੇ ਮੇਲਿਆਂ ਦੇ ਗਾਣੇ ਆ ਜੀ। ਜੀ ਜੀ ਰੱਖ ਸਾਂਭ ਜਵਾਨੀ ਨੂੰ ਉਹ ਦੁਨੀਆਂ ਤੰਦਰੁਸਤੀ ਦਾ ਮੇਲਾ, ਰੱਖ ਸਾਂਭ ਜਵਾਨੀ ਨੂੰ ਦੁਨੀਆਂ ਤੰਦਰੁਸਤੀ ਦਾ ਮੇਲਾ। ਜੇਕਰ ਤੇਰੇ ਦਿਲ ਚਾਹੁੰਦਾ ਹੈ ਕੌਣ ਵਿਗਾੜੇ ਤੈਨੂੰ, ਜੋ ਵੀ ਤੇਰਾ ਜੋ ਵੀ ਜੈਤੈ ਵੱਢਣਾ ਪੈਣਾ ਇਹ ਪਤਾ ਹੈ ਮੈਨੂੰ। ਜੋ ਨਸ਼ਿਆਂ ਵਿੱਚ ਉੱਜੜ ਗਏ ਨੇ ਉਹ ਨਾ ਬਣ ਉਸ ਗੁਰੂ ਦਾ ਚੇਲਾ, ਰੱਖ ਸਾਂਭ ਜਵਾਨੀ ਨੂੰ ਉਹ ਦੁਨੀਆਂ ਤੰਦਰੁਸਤੀ ਦਾ ਮੇਲਾ, ਰੱਖ ਸਾਂਭ ਜਵਾਨੀ ਨੂੰ ਦੁਨੀਆਂ ਤੰਦਰੁਸਤੀ ਦਾ ਮੇਲਾ। ਇੱਕ ਹੋਰ ਜੀ ਇੱਦਾਂ ਦੀ ਮੇਲਿਆਂ ਦੀ ਛੋਟੀ ਜਿਹੀ ਗੱਲ ਹੈ, ਸਾਡੇ ਅਫਸਰ ਖਾਨ ਸਾਹਿਬ ਖੁਰਦਾ ਵਾਲੇ ਉਹਨਾਂ ਦਾ ਇੱਕ ਮੇਲਿਆਂ ਦਾ ਗੀਤ ਹੈ ਜੀ, ਲੋਕ ਤੱਥ, ਜਿਹਨੂੰ ਕਹਿੰਦੇ ਲੋਕ ਸੱਚਾਈ ਲੋਕ ਸੱਚ, ਕਿ ਸੋਗ ਵਿੱਚ ਹਾਸਾ ਮਾੜਾ ਖੜ ਜਾਏ ਵੀ ਪਾਸਾ ਮਾੜਾ, ਕੂਣੀ ਤੇ ਫੋੜਾ ਮਾੜਾ ਰਾਹ ਦੇ ਵਿੱਚ ਰੋੜਾ ਮਾੜਾ, ਪੀ ਕੇ ਕੁੱਟ ਦਾਰੂ ਦੀ ਖੱਪ ਨਹੀਂ ਪਾਈ ਦੀ, ਦੁਸ਼ਮਣ ਤੇ ਕੌਲੀ ਚੱਟ ਨੂੰ ਬਹੁਤਾ ਮੂੰਹ ਲਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਨੂੰ ਪੀ ਕੇ ਘੁੱਟ ਦਾਰੂ ਦੀ ਵੀ ਖੱਪ ਕਦੇ ਪਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਨੂੰ ਬਹੁਤਾ ਮੂੰਹ ਲਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਯਾਰ ਨੂੰ, ਪੈਲਸ ਵਿੱਚ ਅਸਲਾ ਮਾੜਾ ਕੋਰਟ ਦਾ ਮਸਲਾ ਮਾੜਾ, ਪੈਲਸ ਵਿੱਚ ਅਸਲਾ ਮਾੜਾ ਕੋਰਟ ਦਾ ਅਸਲਾ ਮਾੜਾ, ਮੁੰਡਿਆਂ ਲਈ ਚਿੱਟਾ ਮਾੜਾ ਸ਼ੂਗਰ ਲਈ ਮਿੱਠਾ ਮਾੜਾ, ਹੋਵੇ ਜੇ ਬੀ ਪੀ ਵੱਧਦਾ, ਭਾਜੀ ਤੁਹਾਡਾ ਤਾਂ ਨਹੀਂ ਵੱਧਦਾ ਨਾ ਜੀ ਨਾ, ਅੱਛਾ ਹੋਵੇ ਜੇ ਬੀ ਪੀ ਵੱਧਦਾ ਘਿਓ ਖਦੇ ਕਾਈਏ ਨਾ, ਹੋਵੇ ਜੇ ਬੀ ਪੀ ਵੱਧਦਾ ਘਿਓ ਕਦੇ ਖਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਨੂੰ ਬਹੁਤਾ ਮੂੰਹ ਲਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਨੂੰ ਬਹੁਤਾ ਮੂੰਹ ਲਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਯਾਰ ਨੂੰ, ਹੋ ਸੌਦੇ ਵਿੱਚ ਅੜਕਣਾ ਮਾੜਾ ਚੋਰਾਂ ਵਿੱਚ ਖੜਨਾ ਮਾੜਾ, ਰਾਖੀ ਵਿੱਚ ਨਹਾਉਣਾ ਮਾੜਾ, ਕਿਸੇ ਦੀ ਪਾ ਕੇ ਜਾਮਣੀ ਕਿਸੇ ਦੀ ਪਾ ਕੇ ਜਾਮਣੀ ਮੋਰੀ ਅਖਵਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਨੂੰ ਬਹੁਤਾ ਮੂੰਹ ਲਾਈਏ ਨਾ, ਦੁਸ਼ਮਣ ਤੇ ਕੌਲੀ ਚੱਟ ਨੂੰ। ਜੀ ਬਹੁਤ ਖੂਬ ਬਹੁਤ ਖੂਬ ਗੱਲਾਂ ਬਾਤਾਂ ਦੇ ਵਿੱਚ ਗੱਲਬਾਤ, ਮੈਂ ਤੁਹਾਨੂੰ ਮੁਬਾਰਕਬਾਦ ਇੱਕ ਦੇਣੀ ਚਾਹੁੰਦਾ ਸੀਗਾ ਕਿ ਤੁਹਾਡੀ ਡਾਟਰ ਦਾ ਅੱਜ ਬਰਥਡੇ ਸੀਗਾ, ਜਦੋਂ ਸਵੇਰੇ ਗੱਲ ਹੋਈ ਆ ਤੁਸੀਂ ਉੱਧਰ ਬਿਜ਼ੀ ਸੀਗੇ, ਅਤੇ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਤੁਹਾਨੂੰ ਆਪਣੇ ਪਰਿਵਾਰ ਵੱਲੋਂ ਤੁਹਾਡੀ ਡਾਟਰ ਦੇ ਬਰਥਡੇ ਦੀਆਂ ਵੀ। ਬਸ ਉਹ ਕੇਕ ਕੱਟ ਕੇ ਤੁਹਾਡੀ ਕਚਹਿਰੀ 'ਚ ਜਸ ਪੰਜਾਬੀ ਦੀ ਕਟਾਰੇ 'ਚ ਖੜਾ ਜੀ, ਉਹ ਕੇਕ ਕੱਟਿਆ, ਸਾਰਿਆਂ ਨੇ ਇੰਜੋਏ ਕੀਤਾ ਜੀ, ਔਰ ਪੂਰਾ ਅੱਜ ਇੰਜੋਏ ਕੀਤਾ, ਕੇਕ ਖਾਧਾ ਜੀ। ਜੀ ਸਰ, ਸੋ ਉਹ ਮੈਂ ਮੈਨੂੰ ਸੀਗਾ ਮੈਂ ਕਿਤੇ ਯਾਦ ਨਾ ਭੁੱਲ ਜਾਵੇ, ਕਿਉਂਕਿ ਜਦੋਂ ਮੇਰੀ ਸਵੇਰੇ ਤੁਹਾਡੇ ਨਾਲ ਗੱਲ ਹੋਈ ਸੀਗੀ ਤਾਂ ਤੁਸੀਂ ਉੱਥੇ ਸੀਗੇ ਬਰਥਡੇ ਪਾਰਟੀ ਦੀ ਬੇਟੀ ਦੇ, ਤਾਂ ਉਹ ਵੀ ਸਾਡੇ ਵੱਲੋਂ ਪੂਰੇ ਪਰਿਵਾਰ ਵੱਲੋਂ ਉਹਦੀਆਂ ਵਧਾਈਆਂ ਹੋਣ। ਅਤੇ ਉਸ ਦੇ ਨਾਲ ਚੱਲਦੇ ਹਾਂ ਕੱਲ੍ਹ ਦੇ ਵੀ ਪ੍ਰੋਗਰਾਮ ਦੇ ਵਿੱਚ, ਜਿੱਥੇ ਆਪਾਂ ਐਨਵਰਸਰੀ ਆਪਣੀ ਮਨਾ ਰਹੇ ਹਾਂ ਚੈਨਲ ਦੀ, ਵਰੇਗੰਢ ਮਨਾ ਰਹੇ ਹਾਂ, ਬਰਥਡੇ ਮਨਾ ਰਹੇ ਹਾਂ, ਉੱਥੇ ਤੁਹਾਡੀ ਬੇਟੀ ਦਾ ਵੀ ਬਰਥਡੇ ਸੀਗਾ, ਤਾਂ ਉਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ, ਗੁਰੂ ਰਵਿਦਾਸ ਸਾਹਿਬ ਦਾ ਵੀ ਬਰਥਡੇ ਨਾਲ ਹੀ, ਤਾਂ ਬਹੁਤ ਜਿੱਥੇ ਖੁਸ਼ੀਆਂ ਦੇ ਆਏ ਨੇ ਮੰਜ਼ਰ, ਉਸ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ, ਕੱਲ੍ਹ ਵੀ ਮੈਂ ਗੱਲ ਕਰ ਰਿਹਾ ਸੀਗਾ ਕਿ ਉਤਾਰ ਚੜਾਅ ਜ਼ਿੰਦਗੀ ਦੇ, ਇੱਕ ਪਾਸੇ ਖੁਸ਼ੀ ਆ ਅਤੇ ਇੱਕ ਪਾਸੇ ਗਮੀ ਆ, ਅਤੇ ਉਹ ਮੈਨੂੰ ਖਬਰ ਵੀ ਤੁਹਾਡੇ ਤੋਂ ਹੀ ਮਿਲੀ ਸੀਗੀ, ਅਤੇ ਇਸ ਲਈ ਮੈਂ ਉਹ ਵੀ ਇਸ ਚੈਨਲ 'ਤੇ ਆਪਣੇ ਪਰਿਵਾਰ ਥਰੂ, ਕਿਉਂਕਿ ਜਿੱਥੇ ਅਸੀਂ ਖੁਸ਼ੀਆਂ ਵੰਡਦੇ ਹਾਂ, ਕਿਉਂਕਿ ਇੱਕ ਜਿਹੜੀ ਖਬਰ ਹੈਗੀ ਆ ਉਹ ਤਾਂ ਖਬਰ ਆ, ਕਿਸੇ ਵੀ ਤਰੀਕੇ ਨਾਲ ਕਦੀ ਵੀ ਕਿਤੇ ਵੀ ਆ ਸਕਦੀ ਆ, ਕਿ ਕੋਈ ਐਕਸੀਡੈਂਟ ਵੀ ਹੋ ਸਕਦਾ, ਕੁਛ ਵੀ ਹੋ ਸਕਦਾ ਵਾ, ਇੱਕ ਪਲ ਦਾ ਵਸਾਹ ਹੈ ਨਹੀਂ ਗਾ। ਅਤੇ ਉਹ ਜਿਹੜੀ ਖਬਰ ਹੈਗੀ ਸੀਗੀ ਬੀ ਐੱਸ ਨਾਰੰਗ ਸਾਹਿਬ, ਜਿਹੜੇ ਉਸਤਾਦ ਬਹੁਤ ਸਾਰੇ ਜਿਹੜੇ ਸਾਡੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਾਇਕ ਨੇ, ਮਿਊਜ਼ੀਸ਼ੀਅਨ ਨੇ, ਉਹਨਾਂ ਨੂੰ ਉਹਨਾਂ ਦਾ ਬੜਾ ਆਸ਼ੀਰਵਾਦ ਰਿਹਾ ਵਾ, ਉਹ ਜਿਹੜੇ ਅੱਜ ਸਾਨੂੰ ਛੱਡ ਗਏ ਨੇ,
ਤੇ ਉਹਨਾਂ ਦੀ ਯਾਦ ਦੇ ਵਿੱਚ ਵੀ ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਅਤੇ ਦਿਆਲਪੁਰੀ ਸਾਹਿਬ, ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣਗੀਆਂ, ਤਾਂ ਇੱਕ ਫਿਰ ਵੇਲਾ ਉਹ ਚੱਲਿਆ ਬ੍ਰੇਕ ਦਾ। ਦਰਸ਼ਕੋ, ਜਿਹੜੇ ਮੰਜ਼ਰ ਨੇ ਜ਼ਿੰਦਗੀ ਦੇ ਉਤਾਰ ਚੜ੍ਹਾਅ, ਖੁਸ਼ੀ ਗਮ, ਸਾਰਾ ਇੱਕ ਸਾਡੀ ਲਾਈਫ ਆ, ਇੱਕ ਜਿਹੜੀ ਜ਼ਿੰਦਗੀ ਦੇ ਵਿੱਚ ਆਪਾਂ ਜੀਉਂਦੇ ਹਾਂ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ, ਤਾਂ ਉਹ ਉਹਨਾਂ ਨੂੰ ਸਾਨੂੰ ਹੈਂਡਲ ਕਰਨਾ ਪੈਂਦਾ ਵਾ। ਅਤੇ ਜਿੱਥੇ ਅਸੀਂ ਆਪਣੀ ਖੁਸ਼ੀ ਮਨਾਉਂਦੇ ਹਾਂ, ਆਪਣਾ ਬਰਥਡੇ ਮਨਾ ਰਹੇ ਹਾਂ, ਆਪਣੀ ਸਾਲਗਿਰਾ ਮਨਾ ਰਹੇ ਹਾਂ 14ਵੀਂ, ਉਸ ਦੇ ਵਿੱਚ ਜੇ ਸਾਡਾ ਕੋਈ ਪਰਿਵਾਰ ਦਾ ਮੈਂਬਰ ਜਾਂ ਸਾਡੀ ਇੰਡਸਟਰੀ ਦੇ ਨਾਲ ਜੁੜਾ ਕੋਈ ਮੈਂਬਰ ਜੇ ਸਾਨੂੰ ਛੱਡ ਜਾਂਦਾ ਆ, ਤਾਂ ਸਾਡਾ ਫਰਜ਼ ਬਣਦਾ ਆ ਕਿ ਜ਼ਰੂਰ ਉਹਨਾਂ ਨੂੰ ਸ਼ਰਧਾਂਜਲੀ ਦੇਈਏ, ਉਹਨਾਂ ਦੇ ਨਾਂ, ਉਹਨਾਂ ਦਾ ਨਾਂ ਜ਼ਰੂਰ ਲਈਏ ਪ੍ਰੋਗਰਾਮ ਦੇ ਵਿੱਚ, ਜਿੱਥੇ ਜੇ ਸਾਡੇ ਕੋਲ ਉਹ ਇਨਫੋਰਮੇਸ਼ਨ ਹੈਗੀ ਆ। ਸੋ ਦਰਸ਼ਕੋ, ਵੇਲਾ ਉਹ ਚੱਲਿਆ ਬ੍ਰੇਕ ਦਾ, ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਮੁਖਾਤਬ ਹੋਏ ਹਾਂ ਤੁਹਾਡੇ ਨਾਲ ਜਸ ਪਰਿਵਾਰ ਦੇ, ਜਸ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ। ਅਤੇ ਅੱਜ ਜਿੱਥੇ ਅਸੀਂ ਆਪਣਾ ਐਨਵਰਸਰੀ ਮਨਾ ਰਹੇ ਹਾਂ, ਆ ਪੂਰਾ ਮਹੀਨਾ ਵੀ ਵੱਖਰੇ ਵੱਖਰੇ ਅਸੀਂ ਕਲਾਕਾਰ ਤੁਹਾਡੇ ਇੰਟਰਟੇਨਮੈਂਟ ਵਾਸਤੇ ਲੈ ਕੇ ਆਵਾਂਗੇ, ਅਤੇ ਜੇ ਤੁਸੀਂ ਵੀ ਸਾਡੇ ਇਸ ਪਰਿਵਾਰ ਦਾ ਹਿੱਸਾ ਬਣਨਾ ਚਾਹੋਗੇ ਅਤੇ ਬਣਨਾ ਚਾਹੁੰਦੇ ਹੋ, ਤਾਂ ਜ਼ਰੂਰ ਸਾਡਾ ਸੰਪਰਕ ਕਰੋ nik@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਚੱਲ ਰਹੇ ਲਾਈਵ ਪ੍ਰੋਗਰਾਮ ਦੇ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਖੁਸ਼ੀ ਜ਼ਾਹਰ ਕਰਨਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਸਾਨੂੰ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਅਤੇ ਸਾਡੇ ਨਾਲ ਅੱਜ ਸਾਡੇ ਦੇ ਮਹਿਮਾਨ ਜੁੜੇ ਨੇ ਦਲਵਿੰਦਰ ਦਿਆਲਪੁਰੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਦਿਆਲਪੁਰੀ ਸਾਹਿਬ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਮੈਂ ਗੱਲੇ ਕੋਈ ਨਹੀਂ। ਹਾਂਜੀ ਦਿਆਲਪੁਰੀ ਸਾਹਿਬ, ਗੱਲਬਾਤ ਇੱਦਾਂ ਆ ਕਿ ਜਿੱਥੇ ਆਪਾਂ ਗੱਲਬਾਤ ਕਰ ਰਹੇ ਸੀਗੇ, ਤਾਂ BS ਨਾਰੰਗ ਸਾਹਿਬ ਬਾਰੇ ਮੈਂ ਗੱਲਬਾਤ ਕੀਤੀ ਕਿ ਉਹ ਇੱਕ ਮੈਸੇਜ ਸੀਗਾ ਕਿ ਉਹ ਨਹੀਂ ਰਹੇ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜੇ, ਅਤੇ ਤੁਹਾਡਾ ਵੀ ਉਹਨਾਂ ਨਾਲ ਐਕਸਪੀਰੀਅੰਸ ਰਿਹਾ ਥੋੜ੍ਹਾ ਬਹੁਤ, ਉਹਨਾਂ ਬਾਰੇ ਵੀ ਗੱਲਬਾਤ ਕਰ। ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਵੱਡੀ ਗੱਲ ਹੈ ਜੀ, ਦਿਲ ਦੀਆਂ ਗੱਲਾਂ, ਵਾਕਈ ਦਿਲ ਦੀਆਂ, ਸਾਡੇ ਦਿਲ ਦੀਆਂ ਗੱਲਾਂ ਹੋ ਰਹੀਆਂ ਨੇ ਜਸ ਪੰਜਾਬੀ ਚੈਨਲ ਦੇ ਰਾਹੀਂ, ਜਿੱਥੇ ਸੁਰਾਂ ਦੇ ਸੌਦਾਗਰ, ਸੁਰਾਂ ਦੇ ਧਣੀ, ਸੁਰ ਸਮਰਾਟ ਜਨਾਬ ਚਰਨਜੀਤ ਊਜਾ ਸਾਹਿਬ ਜੀ ਦੇ ਸ਼ਗਿਰਦ ਸਰਦੂਲ ਸਿਕੰਦਰ ਸਾਹਿਬ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲਾ ਗਏ ਜੀ। ਮੈਂ ਖੁਦ ਉਹਨਾਂ ਦੇ ਨਿੱਕ ਭਾਅ ਜੀ ਉਹਨਾਂ ਦੇ ਜਨਾਜ਼ੇ ਦੇ ਨਾਲ ਗਿਆ ਜੀ, ਉਹਨਾਂ ਨੂੰ ਜਾ ਕੇ ਨਾਲ ਸਪੁਰਦੇ ਖਾਕ ਕੀਤਾ ਜੀ, ਉੱਥੇ ਜਾ ਕੇ ਪਿੰਡ ਖੈੜੀ ਨੌਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਖੰਨੇ ਤੋਂ ਅਸੀਂ ਉਹਨਾਂ ਦੇ ਕਾਫਲੇ ਦੇ ਨਾਲ, ਔਰ ਉੱਥੇ ਹੀ ਸਰਦੂਲ ਸਿਕੰਦਰ ਸਾਹਿਬ ਜਿਹੜੇ ਵਾਕਿਆ ਸਿਕੰਦਰ ਸੀਗੇ, ਇੱਕ ਸਿਕੰਦਰ ਗ੍ਰੀਸ ਦੀ ਰਾਜਧਾਨੀ ਹੈ ਐਥਨ, ਉੱਥੇ ਦਾ ਸ਼ਾਹ ਸਿਕੰਦਰ ਹੋਇਆ ਜਿਹਨੇ ਸਾਰੀ ਦੁਨੀਆ ਫਤਿਹ ਕੀਤੀ, ਠੀਕ ਹੈ ਭਾਅ ਜੀ। ਇੱਕ ਇਹ ਸੁਰਾਂ ਦਾ ਸਿਕੰਦਰ ਪੰਜਾਬ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਖੈੜੀ ਨੌਤ ਸਿੰਘ ਵਾਲਾ ਤੋਂ ਜੰਮਿਆ ਹੋਇਆ, ਉਹ ਉਹਨੇ ਸਾਰੀ ਦੁਨੀਆ ਸੁਰਾਂ ਦੇ ਨਾਲ ਇਮਾਨਦਾਰੀ ਦੇ ਨਾਲ, ਜਿੱਦਾਂ ਪਹਿਲਾਂ ਮੈਂ ਗੱਲ ਕੀਤੀ ਸੀ ਨਾ, ਇਮਾਨਦਾਰੀ ਦੇ ਨਾਲ, ਸੱਚ ਦੇ ਨਾਲ ਉਹ ਬਣਿਆ ਸਿਕੰਦਰ, ਸੁਰਾਂ ਦਾ ਸਿਕੰਦਰ, ਸਰਦੂਲ ਸਿਕੰਦਰ। ਉਸ ਤੋਂ ਬਾਅਦ ਉਸਤਾਦ BS ਨਾਰੰਗ ਸਾਹਿਬ ਸਾਡੇ DAV ਕਾਲਜ ਜਲੰਧਰ ਦੇ ਮਿਊਜ਼ਿਕ ਡਿਪਾਰਟਮੈਂਟ ਦੇ ਹੈੱਡ ਰਹੇ ਬਹੁਤ ਚਿਰ, ਬਹੁਤ ਉਹਨਾਂ ਦੇ ਸਟੂਡੈਂਟ ਖਾਸ ਕਰਕੇ ਸਰਬਜੀਤ ਚੀਮਾ ਜੀ, ਜੱਸੀ ਗੁਰਦਾਸਪੁਰੀ, ਸ਼੍ਰੀ ਪਦਮ ਸ਼੍ਰੀ ਹੰਸਰਾਜ ਹੰਸ ਜੀ, ਸਾਰੇ ਉਹਨਾਂ ਦੇ ਸਟੂਡੈਂਟ ਰਹੇ ਨੇ, ਪੜ੍ਹੇ ਨੇ, ਸਿੱਖੇ ਨੇ, ਸੁਰਿੰਦਰਜੀਤ ਮਕਸੂਦਪੁਰੀ ਸਾਹਿਬ, ਮੈਂ ਕਿਹਨਾਂ ਕਿਹਨਾਂ ਦਾ ਨਾਂ ਲਵਾਂ ਕਿ ਬਹੁਤ, ਬੰਬਈ ਤੋਂ ਸੁਖਵਿੰਦਰ ਸਿੰਘ ਜੀ ਔਰ ਸੁਖਜਿੰਦਰ ਛਿੰਦਾ ਜੀ ਤੁਹਾਡੇ USA ਤੋਂ ਹੀ, ਔਰ ਹੋਰ ਬਹੁਤ ਸਾਰੇ ਕਲਾਕਾਰ ਉਹਨਾਂ ਦੇ, ਅਕਾਲੂ ਉਹਨਾਂ ਦਾ ਹਰਨਾਮਦਾਸਪੁਰਾ ਵਰਕਸ਼ਾਪ ਚੌਂਕ ਜਲੰਧਰ 'ਚ ਉਹਨਾਂ ਦਾ ਅੰਤਮ ਯਾਤਰਾ ਜੀ 3 ਵਜੇ, ਜਿੰਨੇ ਵੀ ਇਹ ਸੁਣਦੇ ਹੋਣ ਕਲਾ ਪ੍ਰੇਮੀ, ਸੰਗੀਤਕਾਰ, ਮਜੀਸ਼ੀਅਨ ਭਰਾ, ਗੀਤਕਾਰ, ਉਹ ਇੰਡੀਅਨ ਕਾਲ ਕਰ ਸਕਦੇ ਨੇ ਕਿ ਕੱਲ੍ਹ ਹਰਨਾਮਦਾਸਪੁਰਾ ਜਲੰਧਰ ਵਰਕਸ਼ਾਪ ਚੌਂਕ ਦੇ ਲਾਗੇ ਜਿੱਥੇ ਸਿਵੇ ਹੈ ਸ਼ਮਸ਼ਾਨ ਘਾਟ, ਉੱਥੇ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾਏਗੀ। ਉਸ ਦੇ ਨਾਲ ਹੀ ਸਾਹਿਤਕਾਰ ਅਤੇ ਗਜ਼ਲਗੋ ਰਜਿੰਦਰ ਪਤੇਸੀ ਜੀ ਔਰ ਕਵਾਲ ਮਰੀਰਕੋਟਲੇ ਤੋਂ ਸ਼ੌਕਤ ਅਲੀ ਮਤੋਈ ਸਾਹਿਬ, ਉਹ ਵੀ ਸਾਡੀ ਦੁਨੀਆਂ ਨੂੰ ਛੱਡ ਕੇ, ਕਰਤਾਰ ਅਮਲਾ ਜੀ ਉਹ ਵੀ ਪਿਛਲੇ ਦਿਨੀ ਕੋਰੋਨਾ ਦੀ ਮਹਾਂਮਾਰੀ ਦੇ ਕਰਕੇ ਉਹ ਵੀ ਸਾਡੀ ਦੁਨੀਆਂ ਨੂੰ ਛੱਡ ਕੇ, ਸਾਵਰਕੋਟੀ ਸਾਹਿਬ ਬਹੁਤ ਵੱਡੀ ਆਵਾਜ਼, ਔਰ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਅਤੇ ਸਾਡੇ ਸਤਿਕਾਰਯੋਗ ਜਿਸ ਕਾਲਜ 'ਚ ਮੈਂ ਪੜ੍ਹਿਆ, ਲਾਇਲਪੁਰ ਖਾਲਸਾ ਕਾਲਜ ਜਲੰਧਰ, ਬਹੁਤ ਹੀ ਸੀਨੀਅਰ ਉਹਨਾਂ ਦਾ ਨਾਮ ਹੈ ਸਤਿਕਾਰਯੋਗ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਸਾਹਿਬ, ਉਹ ਵੀ ਜਦੋਂ ਮੈਂ +1 'ਚ ਉੱਥੇ ਐਡਮਿਸ਼ਨ ਲਈ ਸੀ
ਉਹ ਡਰਾਮਾ ਥੀਏਟਰ ਦੇ ਇੰਚਾਰਜ ਹੁੰਦੇ ਸੀਗੇ ਤੇ ਮੈਂ ਚੋਰੀ ਚੋਰੀ ਰਹਿਸਲਾਂ ਦੇਖਦਾ ਹੁੰਦਾ ਸੀ ਤੇ ਉਹਨਾਂ ਕੋਲ ਮੈਂ ਬੜੇ ਦਬਕੇ ਖਾਧੇ ਵਾਲੀਆਂ ਗਾਲਾਂ ਖਾਧੀਆਂ ਉਹਨਾਂ ਕੋਲ ਮੈਂ ਓਪਨ ਏਅਰ ਥੀਏਟਰ ਦੇ ਵਿੱਚ ਤੇ ਕਿਉਂਕਿ ਮੈਨੂੰ ਥੀਏਟਰ ਦਾ ਮੈਂ ਸਰੋਤਾ ਬਣਨਾ ਬਹੁਤ ਪਸੰਦ ਕਰਦਾ ਮੈਨੂੰ ਥੀਏਟਰ ਬਹੁਤ ਪਿਆਰਾ ਲੱਗਦਾ ਤੇ ਟੀਸੀ ਸਾਹਿਬ ਬਹੁਤ ਇੰਨੀਆਂ ਰੂਹਾਂ ਸਾਡੇ ਕੋਰੋਨਾ ਮਹਾਂਮਾਰੀ ਦੇ ਸੋਰਾ ਵਾਲੇ ਬੰਦੇ ਸੁਰੀਲੇ ਬੰਦੇ ਖਾਸ ਕਰਕੇ ਬੀ ਐਸ ਨਾਰੰਗ ਸਾਹਿਬ ਮੈਂ ਬਹੁਤ ਕੁਛ ਉਹਨਾਂ ਕੋਲ ਸਿੱਖਿਆ ਭਾਵਾਂ ਮੇਰਾ ਕਾਲਜ ਖਾਲਸਾ ਕਾਲਜ ਸੀ ਉਹ ਡੀ ਏ ਵੀ ਅਸੀਂ ਕੰਪੀਟੀਟਰ ਹੁੰਦੇ ਸੀ ਪਰ ਉਹਨਾਂ ਮੈਂ ਵਾਚ ਬਹੁਤ ਕਰਦਾ ਰਿਹਾ ਇਹੀ ਗੱਲ ਕਰਦਾ ਨਿਕ ਸਾਹਿਬ ਕਿ ਜਦੋਂ ਇਸ ਦੁਨੀਆ ਤੋਂ ਮੈਂ ਅੱਖਾਂ ਮੀਟ ਜਾਵਾਂਗਾ ਉਦੋਂ ਇਸ ਦੁਨੀਆ ਨੂੰ ਮੈਂ ਡਾਢਾ ਯਾਦ ਆਵਾਂਗਾ ਜਿਹੜੇ ਕਦੀ ਬੁਲਾਉਣਾ ਨਹੀਂ ਚਾਹੁੰਦੇ ਸੀ ਹਾਏ ਹਾਏ ਜਾਣ ਵੇਲੇ ਮੈਂ ਉਹਨਾਂ ਮੋਢਿਆਂ ਤੇ ਜਾਵਾਂਗਾ ਉਦੋਂ ਇਸ ਦੁਨੀਆ ਨੂੰ ਮੈਂ ਡਾਢਾ ਯਾਦ ਆਵਾਂਗਾ ਜਦੋਂ ਇਸ ਦੁਨੀਆ ਤੋਂ ਮੈਂ ਅੱਖਾਂ ਮੀਟ ਜਾਵਾਂਗਾ ਇੱਕ ਨਿਕਸ ਭਾਜੀ ਇੱਕ ਹੋਰ ਵੀ ਹੈ ਇੱਕਣਾ ਦੇ ਘਰ ਪੁੱਤ ਪੁੱਤਾਂ ਕਰ ਪੋਤਰੇ ਇੱਕਣਾ ਦੇ ਕਰ ਧੀਆਂ ਧੀਆਂ ਕਰ ਦੋਤਰੇ ਤੇ ਉਹ ਵੀ ਜਾਣ ਮਰ ਕਿੰਦਾ ਕਹੀਏ ਵਜੀਦਾ ਇੰਜ ਨਾ ਇੰਜ ਕਰ ਉਹਨੂੰ ਮਾਲਕ ਨੂੰ ਅਸੀਂ ਕੀ ਕਹਿ ਸਕਦੇ ਹਾਂ ਜੀ ਵੀ ਪਰਮਾਤਮਾ ਇੰਜ ਨਾ ਇੰਜ ਕਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੀ ਮੇਰੀਆਂ ਚੰਦ ਕੁ ਲਾਈਨਾਂ ਆਪਣੀਆਂ ਲਿਖੀਆਂ ਨੇ ਤਾਂ ਹਿੰਦੀ ਚ ਨੇ ਤੇ ਹੁਣ ਮਾਹੌਲ ਆ ਤੇ ਮੈਂ ਵੀ ਜ਼ਰੂਰ ਇੱਕ ਯਾਦਗਾਰ ਬਣ ਜਾਣਗੀਆਂ ਲਾਈਨਾਂ ਵੀ ਕਿ ਮੇਰੀ ਵੀ ਇਹੋ ਆ ਤਮੰਨਾ ਕਿ ਦਿਨ ਆਖਰੀ ਹੋਗਾ ਮੇਰਾ ਮੇਰੇ ਦੋਸਤੋਂ ਕੇ ਸਾਥ ਦਿਨ ਆਖਰੀ ਹੋਗਾ ਮੇਰਾ ਮੇਰੇ ਦੋਸਤੋਂ ਕੇ ਸਾਥ ਲੇਕਰ ਮੇਰਾ ਜਨਾਜ਼ਾ ਜਬ ਜਾਏਂਗੇ ਮੇਰੇ ਦੋਸਤ ਕੁਛ ਤੋ ਡੂਬੇ ਹੋਗੇ ਗਮ ਕੀ ਗਹਿਰਾਈਓ ਮੇ ਕੁਛ ਤੋ ਡੂਬੇ ਹੋਗੇ ਗਮ ਕੀ ਗਹਿਰਾਈਓ ਮੇ ਔਰ ਕੁਛ ਮੇਰੀ ਮੌਤ ਕਾ ਜਸ਼ਨ ਵੀ ਮਨਾਏਂਗੇ ਮੇਰੇ ਦੋਸਤ ਮੇਰੀ ਹੈ ਇਹ ਤਮੰਨਾ ਉਨਕੀ ਗਲੀ ਸੇ ਗੁਜ਼ਰਨਾ ਮੇਰੀ ਹੈ ਇਹ ਤਮੰਨਾ ਉਨਕੀ ਗਲੀ ਸੇ ਗੁਜ਼ਰਨਾ ਰੁਕ ਜਾਣਾ ਅਗਰ ਪੀਛੇ ਸੇ ਬੁਲਾਏਂਗੇ ਮੇਰੇ ਦੋਸਤ ਦਿਨ ਆਖਰੀ ਹੋਗਾ ਮੇਰਾ ਮੇਰੇ ਦੋਸਤੋਂ ਕੇ ਸਾਥ ਲੇਕਰ ਮੇਰਾ ਜਨਾਜ਼ਾ ਜਬ ਜਾਏਂਗੇ ਮੇਰੇ ਦੋਸਤ ਆਪਾਂ ਗੱਲ ਨੂੰ ਕਿਹੜੇ ਬੰਨੇ ਲੈ ਗਏ ਹਾਂ ਕਿੱਥੋਂ ਸ਼ੁਰੂ ਕੀਤਾ ਸੀ ਪਰ ਚਲੋ ਜਿੱਥੇ ਮਾਹੌਲ ਹੁੰਦਾ ਵਾ ਇੱਕ ਕਈ ਵਾਰ ਇੱਕ ਦੋ ਲਾਈਨਾਂ ਤੁਹਾਡੀਆਂ ਯਾਦਗਾਰ ਬਣ ਜਾਂਦੀਆਂ ਨੇ ਮੈਂ ਨਾ ਦੇਖੋ ਬਹੁਤ ਸੈਂਸਰ ਤੁਸੀਂ ਕਰਤਾ ਪਰ ਮੈਂ ਦਿਲ ਦੀਆਂ ਗੱਲਾਂ ਚ ਇੱਕ ਹੋਰ ਗੱਲ ਅੱਜ ਮੈਂ ਸਵੇਰ ਦਾ ਜਦੋਂ ਆਪ ਜੀ ਦੀ ਕਾਲ ਆਈ ਸੀ ਤੇ ਮੈਂ ਧਾਰੀ ਸੀ ਕਿ ਸਰਦੂਲ ਸਿਕੰਦਰ ਸਾਹਿਬ ਜੀ ਵਰਗਾ ਅਸੀਂ ਗਾ ਨਹੀਂ ਸਕਦੇ ਨਾ ਉਹਨਾਂ ਦੀ ਅਸੀਂ ਮਾਈਕ ਫੜ ਸਕਦੇ ਹਾਂ ਨਾ ਕੋਈ ਪਰਫਾਰਮੈਂਸ ਦੇ ਸਕਦੇ ਹਾਂ ਉਹ ਹੋਸਟ ਬਹੁਤ ਵਧੀਆ ਸੀਗੇ ਉਹ ਐਂਕਰ ਬਹੁਤ ਵਧੀਆ ਸੀ ਉਹ ਸੁਰੀਲੇ ਬਹੁਤ ਵਧੀਆ ਸੀਗੇ ਸਾਡੇ ਜੂਨੀਅਰ ਬੰਦਿਆਂ ਨੂੰ ਅਟੈਂਡ ਕਰਨਾ ਉਹਨਾਂ ਦੇ ਬਹੁਤ ਵੱਡਾ ਹੱਥ ਸੀਗਾ ਮੈਂ ਉਹਨਾਂ ਦਾ ਇੱਕ ਗਾਣਾ ਛੋਟਾ ਜਿਹਾ ਜੇ ਹੁਕਮ ਹੋਵੇ ਤੇ ਗਾਵਾਂ ਜੀ 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 ਪਲੀਜ਼ ਹਾਂਜੀ ਫੁੱਲਾਂ ਦੀ ਕੱਚੀਏ ਵਪਾਰ ਨੇ ਕੰਡਿਆਂ ਤੇ ਪਾ ਕੇ ਸਾਨੂੰ ਤੋਲਣਾ ਅੱਲੇ ਫੱਟ ਰਹਿਣ ਦੇ ਵਿਲਿਕਦੇ ਝੂਠੇ ਵਾਦੇ ਮਲਵਾਂ ਚ ਘੋਲਣਾ ਫੁੱਲਾਂ ਦੀ ਕੱਚੀਏ ਵਪਾਰ ਨੇ ਕੰਡਿਆਂ ਤੇ ਪਾ ਕੇ ਸਾਨੂੰ ਤੋਲਣਾ ਹਾਏ ਟੁੱਟਿਆ ਦਿਲ ਦਾ ਸ਼ੀਸ਼ਾ ਨੀ ਅਸੀਂ ਕੀਚਰ ਕੀਚਰ ਹੋਏ ਤੇਰੀਆਂ ਯਾਦਾਂ ਵਸਲ ਤੇ ਚਿੱਠੀਆਂ ਫੋਟੋ ਤੱਕ ਤੱਕ ਰੋਏ ਸੁਣ ਪੈਸੇ ਦੀ ਇਹ ਭੁੱਖੀ ਏ ਭਿਖਾਰ ਨੇ ਸੁਣ ਪੈਸੇ ਦੀ ਇਹ ਭੁੱਖੀ ਏ ਭਿਖਾਰ ਨੇ ਕੰਡਿਆਂ ਤੇ ਪਾ ਕੇ ਸਾਨੂੰ ਤੋਲਣਾ ਅੱਲੇ ਫੱਟ ਰਹਿਣ ਦੇ ਵਿਲਿਕਦੇ ਝੂਠੇ ਵਾਦੇ ਮਲਮਾਂ ਚ ਘੋਲਣਾ ਫੁੱਲਾਂ ਦੀ ਇਹ ਕੱਚੀ ਏ ਵਪਾਰ ਨੇ ਕੰਡਿਆਂ ਤੇ ਪਾ ਕੇ ਸਾਨੂੰ ਤੋਲਣਾ ਹੱਸ ਨਾਲ ਸੀ ਗੁਲਾਬੀ ਫੁੱਲ ਮਾਰਿਆ ਗੋਰੀ ਗੱਲ ਉੱਤੇ ਨੀਲ ਪਿਆ ਬਹੁਤ ਸਾਰੇ ਉਹਨਾਂ ਦੇ ਗੀਤ ਆ ਆ ਗਈ ਰੋਡ ਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਇਹਦੀ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈ ਗਈ ਆ ਲੰਮੇ ਸਫ਼ਰ ਤੇ ਜਾਣਾ ਏ ਕੀ ਲੋਕਲ ਰਹਿ ਗਈ ਆ ਬਹੁਤ ਸਾਰੇ ਅਣਗਿਣਤ ਗੀਤ ਅਸੀਂ ਚੌਂਕ ਵਿੱਚ ਖੁੱਲੀ ਬੈਠਾ ਰੀਲਾਂ ਦੀ ਦੁਕਾਨ ਅਣਗਿਣਤ ਜੀ ਜੀ ਮੈਂ ਦੱਸਦਾ ਵਾਂ ਇੱਕ ਐਕਸਪੀਰੀਅੰਸ ਮੈਂ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਕੰਮ ਕਰਨ ਦਾ ਵੀ ਸਟੇਜਾਂ ਸ਼ੇਅਰ ਕਰਨ ਦਾ ਵੀ ਈਵਨ ਖੰਨੇ ਉਹਨਾਂ ਦੇ ਘਰ ਵੀ ਮੈਂ ਗਿਆ ਵਾਂ ਉਹਨਾਂ ਦੀ ਬੈਠਕ ਜਿਹੜਾ ਲਿਵਿੰਗ ਰੂਮ ਸੀਗਾ ਇੱਦਾਂ ਕਿਸ਼ਤੀ ਵਾਂਗੂ ਉਹ ਸ਼ੇਪ ਦੇ ਵਿੱਚ ਬਣਾਇਆ ਸੀ ਉਹਨਾਂ ਨੇ ਉੱਥੇ ਬਹਿ ਕੇ ਚਾਹ ਪਾਣੀ ਜਦੋਂ ਉਸ ਏਰੀਆ 'ਚ ਜਦੋਂ ਵੀ ਜਾਈਦਾ ਸੀ ਕੋਈ ਮੇਲਾ ਹੁੰਦਾ ਸੀ ਤਾਂ ਪੁੱਤਰਾ ਆ ਜਾਓ ਚੱਲੀਏ ਘਰ ਤਾਂ ਉਹਨਾਂ ਕੋਲ ਆਪਾਂ ਛੋਟੇ ਛੋਟੇ ਹੁੰਦੇ ਮਤਲਬ ਨਵੇਂ ਵੀ ਹਾਲੇ ਮੁੱਛਾਂ ਵੀ ਨਹੀਂ ਆਈਆਂ ਸੀ ਕਾਮੇਡੀ ਕਰੀਦੀ ਸੀਗੀ ਥੀਏਟਰ ਕਰੀਦਾ ਸੀਗਾ ਤਾਂ ਪਿਆਰ ਬਹੁਤ ਦਿੰਦੇ ਸੀਗੇ
ਖੰਨੇ ਤੋਂ ਲਲਹੇੜੀ ਰੋਡ। ਹਾਂਜੀ 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 ਤੇ ਬਾਕੀ ਕਈ ਪ੍ਰੋਗਰਾਮ ਜਿਹੜੇ ਮੋਹਾਲੀ ਦੇ ਵਿੱਚ ਜਾਂ ਹੋਰ ਕਈ ਮੇਲਿਆਂ ਦੇ ਵਿੱਚ ਉਹ ਆਸ਼ਾ ਸ਼ਰਮਾ ਜੀ ਮੇਨ ਹੋਸਟ ਹੁੰਦੇ ਸੀਗੇ ਉੱਥੇ, ਤਾਂ ਅਸੀਂ ਉੱਥੋਂ ਚੰਡੀਗੜ੍ਹ ਤੋਂ ਹੁੰਦੇ ਸੀਗੇ ਤਾਂ ਨਵੇਂ ਨਵੇਂ ਅਸੀਂ ਥੀਏਟਰ ਮਮੀਕਰੀ ਕਰੀਦੀ ਸੀਗੀ, ਤਾਂ ਉਹ ਫਿਰ ਸਾਨੂੰ ਵੀ ਆਸ਼ਾ ਸ਼ਰਮਾ ਜੀ ਹੁਣੀ ਜ਼ਰੂਰ ਦਿੰਦੇ ਹੁੰਦੇ ਟਾਈਮ, ਅਤੇ ਉੱਥੇ ਸਾਰੇ ਵੱਡੇ ਦਿੱਗਜ ਕਲਾਕਾਰ, ਤੁਹਾਨੂੰ ਵੀ ਇੱਕ ਦੋ ਵਾਰਾਂ ਮੈਂ ਮਿਲਿਆ ਵਾਂ ਪ੍ਰੋਗਰਾਮਾਂ 'ਤੇ, ਗੱਲਬਾਤ ਭਾਵੇਂ ਨਹੀਂ ਹੋਈ ਪਰ ਸਟੇਜ ਜ਼ਰੂਰ ਸ਼ੇਅਰ ਕੀਤੀ ਤੁਹਾਡੇ ਨਾਲ, ਇੱਕ ਜਸਪਾਲ ਭੱਟੀ ਸਾਹਿਬ ਉਹਨਾਂ ਦਾ ਪ੍ਰੋਗਰਾਮ ਸੀਗਾ ਕੋਈ, ਉੱਥੇ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਸੀ ਮੇਰੀ, ਮਤਲਬ ਕਿ ਦੇਖਿਆ ਕਿ ਉਹ ਇੱਕ ਸੀਗਾ। ਪਤਾ ਜੀ ਤੁਸੀਂ ਥੀਏਟਰ ਦੇ ਮਮਿਕਰੀ ਦੇ ਬਹੁਤ ਵਧੀਆ ਆਰਟਿਸਟ ਹੋ, ਅਤੇ ਬਸ ਛੱਡ ਰਹਿਣ ਦੇ ਕਰਾਂਗੇ ਦਿਲਾਂ ਵਾਲਾ ਨਾਲ। ਜੀ ਸਰ ਜੀ ਸਰ ਬਹੁਤ ਵਧੀਆ ਲੱਗਾ ਅੱਜ ਦਾ ਜਿਹੜਾ ਅੱਜ ਦਾ ਜਿੱਥੇ ਆਪਾਂ ਆਪਣੇ ਜਿਹੜੀ ਆਪਣੀ 14ਵੀਂ ਵਰੇਗੰਢ ਮਨਾ ਰਹੇ ਹਾਂ ਜਸ ਚੈਨਲ ਦੀ ਜਸ ਪਰਿਵਾਰ ਦੀ, ਉਸ ਦੇ ਵਿੱਚ ਜਿਹੜੇ ਆਪਾਂ ਹੋਰ ਵੀ ਗੱਲਾਂ ਨੇ ਅਤੇ ਐਂਟਰਟੇਨ ਵੀ ਕੀਤਾ ਆ ਅਤੇ ਸਾਰਿਆਂ ਨੂੰ ਮੈਸੇਜ ਵੀ ਦਿੱਤਾ ਆ, ਤਾਂ ਇਹੋ ਹੀ ਸਾਡੀ ਡਿਊਟੀ ਆ, ਸਾਨੂੰ ਸੱਚੇ ਪਾਤਸ਼ਾਹ ਇੱਦਾਂ ਦਾ ਹੀ ਹਮੇਸ਼ਾ ਆਸ਼ੀਰਵਾਦ ਦਿੰਦਾ ਰਹੇ ਕਿ ਵਧੀਆ ਗੱਲਾਂ ਕਰੀਏ, ਵਧੀਆ ਚੀਜ਼ਾਂ ਲੈ ਕੇ ਆਈਏ ਅਤੇ ਵਧੀਆ ਚੀਜ਼ਾਂ ਹੀ ਦਿਖਾਈਏ ਅਤੇ ਵਧੀਆ ਚੀਜ਼ਾਂ ਹੀ ਸੁਣਾਈਏ। ਜੀ ਭਾਜੀ, ਪਰ ਨਾਲ ਦੀ ਨਾਲ ਮੈਂ ਦਿਲ ਦੀਆਂ ਗੱਲਾਂ ਹੋਰ ਵੀ ਕਰ ਰਿਹਾ ਕਿ ਮੈਂ ਜੀ ਸੋਰੀ, ਮੈਂ ਤੁਹਾਡੇ ਕੋਲ ਟਾਈਮ ਖੋਲਿਆ। ਜੀ ਨਹੀਂ ਨਹੀਂ ਤੁਹਾਡਾ ਹੀ ਟਾਈਮ ਆ ਸਾਰਾ ਜੀ ਅੱਜ। ਨਹੀਂ ਮੈਂ ਦਿਲ ਦੀਆਂ ਗੱਲਾਂ ਬੜੇ ਚਾਅ ਨੇ ਮੈਨੂੰ ਜੀ ਜੀ, ਵੀ ਮੈਂ ਅੱਗੇ ਆਪਣੇ ਜਸ ਪੰਜਾਬੀ ਦੇ ਨਾਲ ਸਾਰੇ ਸਰੋਤਿਆਂ ਦੇ ਭੈਣਾਂ ਭਰਾਵਾਂ ਦੇ ਸਨਮੁੱਖ ਹੋਵਾਂ ਕਿ ਜਿੱਥੇ ਮੈਂ ਪੂਰੀਆਂ ਗੱਲਾਂ ਕਰ ਰਿਹਾ ਉੱਥੇ ਦਿਲ ਦੀਆਂ ਗੱਲਾਂ ਇਹ ਵੀ ਹੈ ਕਿ ਮੈਂ ਮਜ਼ਦੂਰਾਂ ਦੇ ਨਾਲ, ਕਿਸਾਨਾਂ ਦੇ ਨਾਲ ਆ, ਚਾਹੇ ਸਿੰਘੂ ਬਾਰਡਰ ਵੀ ਜਾ ਕੇ ਆਇਆ ਜੀ, ਟਿੱਕਰੀ ਬਾਰਡਰ ਵੀ ਜਾ ਕੇ ਆਇਆ, ਗਾਜ਼ੀਆਪੁਰ ਬਾਰਡਰ 'ਤੇ ਵੀ ਜਾ ਕੇ ਆਇਆ ਔਰ ਕੁੰਡਲੀ ਬਾਰਡਰ 'ਤੇ ਵੀ ਜਾ ਕੇ ਆਇਆ, ਇੱਥੇ ਜਿੰਨੇ ਪੰਜਾਬ ਦੇ ਵਿੱਚ ਧਰਨਿਆਂ ਦੇ ਮੂਹਰੇ ਵਿੱਚ, ਲੋਕ ਮੈਨੂੰ ਮੇਲਿਆਂ ਦਾ ਬਾਦਸ਼ਾਹ ਕਹਿੰਦੇ, ਹੁਣ ਨਾਲ ਮੈਨੂੰ ਧਰਨਿਆਂ ਦਾ ਬਾਦਸ਼ਾਹ ਵੀ ਕਹਿਣ ਲੱਗ ਪਿਆ, ਕਿਉਂਕਿ ਸਾਡਾ ਸਾਰਿਆਂ ਦਾ ਰੁਜ਼ਗਾਰ ਕਿਸਾਨਾਂ ਦੇ ਨਾਲ ਹੈ। ਜੇ ਕਿਸਾਨ ਨਹੀਂ ਤਾਂ ਜਾਨ ਨਹੀਂ, ਜੇ ਜਾਨ ਨਹੀਂ ਤਾਂ ਦੁਕਾਨ ਨਹੀਂ। ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਲਾਕਾਰ ਸਾਰਿਆਂ ਨੇ ਰਿਲਾਇੰਸ ਕੀਤਾ ਹੋਇਆ ਇਹਨਾਂ ਨਾਲ ਕਿ ਜਦੋਂ ਵੀ ਇਹਨਾਂ ਦੇ ਘਰਾਂ ਵਿੱਚ ਦਾਣਾ ਆਉਂਦਾ, ਫੱਕੇ ਦਾਣਾ ਫੱਕਾ ਆਉਂਦੀਆਂ, ਛੁੱਟਾ ਕਣਕ ਨੂੰ ਲੱਗਦਾ, ਝੋਨੇ ਨੂੰ ਮੁੰਜਰ ਪੈਂਦੀ ਹੈ, ਆਲੂ ਫਰੂਟ ਜੋ ਵੀ ਲੱਗਦਾ, ਪੈਸਾ ਘਰ ਆਉਂਦਾ ਹੈ ਤੇ ਇਹਨਾਂ ਦੇ ਘਰ 'ਚ ਖੁਸ਼ੀ ਆਉਂਦੀ ਹੈ। ਖੁਸ਼ੀ ਨਾਲੇ ਸਾਨੂੰ ਸਿੰਗਰਾਂ ਨੂੰ ਬੁਲਾਉਂਦੇ ਆ, ਚਾਹੇ ਉਹ ਪੀਰਾਂ ਫਕੀਰਾਂ ਦੀ ਦਰਗਾਹਾਂ 'ਤੇ ਮੇਲੇ ਹੋਣ, ਚਾਹੇ ਉਹ ਟੂਰਨਾਮੈਂਟ ਹੋਣ, ਚਾਹੇ ਉਹ ਛਿੰਝ ਮੇਲੇ ਹੋਣ, ਚਾਹੇ ਮਹਾਮਾਈ ਦੇ ਜਗਰਾਤੇ ਹੋਣ, ਚਾਹੇ ਧਾਰਮਿਕ ਪ੍ਰੋਗਰਾਮ ਹੋਵੇ ਅਤੇ ਵਿਆਹਾਂ ਦੇ ਪ੍ਰੋਗਰਾਮ 'ਚ ਜਦੋਂ ਖੁਸ਼ੀ ਆਉਂਦੀ ਹੈ ਸਾਨੂੰ ਆਉਂਦੇ ਆ, ਸਾਨੂੰ ਬੁਲਾਉਂਦੇ ਆ, ਕਿਉਂਕਿ ਜਦ ਵੀ ਦੇਸ਼ ਕੌਮ ਨੂੰ ਖੂਨ ਦੀ ਲੋੜ ਪੈ ਗਈ ਤੇ ਹਮੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਤੇ ਵੀ ਸਵੰਬਰ ਜੇ ਵਿਧ ਮਾਤਾ ਤੇ ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ, ਜੇਕਰ ਖੂਨ ਦੀ ਨਦੀ ਵਿੱਚ ਤਾਂਗ ਆ ਗਈ ਬਾੜ ਸਾਹਿਬ, ਜੇਕਰ ਖੂਨ ਦੀ ਨਦੀ ਵਿੱਚ ਤਾਂਗ ਆ ਗਈ ਤੇ ਛਾਲ ਮਾਰ ਕੇ ਤਰੀ ਪੰਜਾਬੀਆਂ ਨੇ, ਚੌਹੀ ਪਾਸਿਆਂ ਤੋਂ ਜੇਕਰ ਚੱਲੀ ਗੋਲੀ ਤੇ ਪਹਿਲਾਂ ਇੱਕ ਤੇ ਜਰੀ ਪੰਜਾਬੀਆਂ ਨੇ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ, ਕਿਉਂਕਿ ਸਾਰੇ ਜੱਗ ਵਿੱਚ ਕੀਤਾ ਏ ਕੁਝ ਖਾਸ ਪੰਜਾਬੀਆਂ ਨੇ, ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ, ਗਊ ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀ ਦਾ, ਰਹੂ ਚਮਕਦਾ ਦੁਨੀਆਂ ਉੱਤੇ ਨਾਮ ਪੰਜਾਬੀ ਦਾ, ਰਹੂ ਚਮਕਦਾ ਦੁਨੀਆਂ ਉੱਤੇ ਨਾਮ ਪੰਜਾਬੀ ਦਾ, ਕਿ ਦਿੱਤੀ ਸ਼ਹਾਦਤ ਕੂਕਿਆਂ ਨੇ ਤੇ ਗਦਰੀ ਬਾਬਿਆਂ ਨੇ। ਦੀਪਕ ਭਾਜੀ ਨੂੰ ਪਤਾ ਹੈ ਕਿ ਸਾਡਾ ਜਿਹੜਾ ਇਲਾਕਾ ਲੁਧਿਆਣਾ ਜਾਂ ਸਮਰਾਲਾ ਜਾਂ ਫਗਵਾੜਾ, ਸਾਡੇ ਇਲਾਕੇ 'ਚ ਗਦਰੀ ਬਾਬੇ ਅਤੇ ਕੂਕੇ ਬਹੁਤ ਨੇ, ਸਤਿਕਾਰਯੋਗ ਨੇ ਸਾਰੇ। ਦਿੱਤੀ ਸ਼ਹਾਦਤ ਕੂਕਿਆਂ ਨੇ ਅਤੇ ਗਦਰੀ ਬਾਬਿਆਂ ਨੇ, ਰਾਜਗੁਰੂ ਸੁਖਦੇਵ ਅਤੇ ਸਰਾਭਿਆਂ ਨੇ, ਉਹ ਸੱਜਦਾ ਕਰੇ ਜਹਾਨ ਵੇਖ ਬਲੀਦਾਨ ਪੰਜਾਬੀ ਦਾ, ਰਹੂ ਚਮਕਦਾ ਦੁਨੀਆਂ ਉੱਤੇ ਨਾਮ ਪੰਜਾਬੀ ਦਾ, ਰਹੂ ਚਮਕਦਾ ਦੁਨੀਆਂ ਉੱਤੇ ਨਾਮ ਪੰਜਾਬੀ ਦਾ, ਕਿਉਂਕਿ ਹਰੇਕ ਕੰਮ 'ਚ ਨਾ, ਚਾਹੇ ਗੋਲੀ ਵੀ ਚੱਲੇ, ਚਾਹੇ ਉਹ ਚੀਨ ਵੱਲੋਂ ਗੋਲੀ ਹੋਵੇ, ਚਾਹੇ ਉਹ ਪਾਕਿਸਤਾਨ ਵੱਲੋਂ ਗੋਲੀ ਹੋਵੇ, ਪਰ ਮੂਹਰੇ ਸਾਡਾ ਪੰਜਾਬ ਹੁੰਦਾ, ਉੱਧਰ ਵੀ ਪੰਜਾਬ ਸਾਡਾ, ਇੱਧਰ ਵੀ ਪੰਜਾਬ ਸਾਡਾ, ਅਤੇ ਸਾਡਾ ਅਸੀਂ ਪੰਜਾਬ ਵਾਲੇ ਨਾਲ ਹੁੰਦੇ ਹਾਂ। ਹੁਣ ਵੀ ਅਸੀਂ ਪੰਜਾਬ ਵਾਲੇ ਹਮਲਾ ਮਾਰਿਆ, ਚਾਹੇ ਉਹ ਧਰਨਿਆਂ ਦੇ ਵਿੱਚ ਹੋਵੇ, ਚਾਹੇ ਉਹ ਗੈਸ ਮਹਿੰਗਾ ਹੋਇਆ, ਚਾਹੇ ਤੇਲ ਡੀਜ਼ਲ ਮਹਿੰਗਾ ਹੋਇਆ, ਪਰ ਪੰਜਾਬ ਮੂਹਰੇ ਲੱਗਦਾ, ਕਿਉਂਕਿ ਹੁਣ ਪੰਜਾਬ ਦੇ ਨਾਲ ਸਾਡੇ ਪੰਜਾਬ ਦਾ ਜਿਹੜਾ ਤਾਇਆ ਆ ਰਾਜਸਥਾਨ ਉਹ ਵੀ ਨਾਲ ਹੈ, ਪੰਜਾਬ ਦਾ ਜਿਹੜਾ ਚਾਚਾ ਆ ਹਿਮਾਚਲ ਉਹ ਵੀ ਨਾਲ ਰਲਦਾ ਹੈ, ਅਤੇ ਜੰਮੂ ਕਸ਼ਮੀਰ ਵੀ, ਮੱਧਿਆ ਪ੍ਰਦੇਸ਼ ਵੀ, ਰਾਜਸਥਾਨ ਵੀ,
और दिल्ली वाले भी असी सारे इकट्ठा साडा बहुत सारा वड्डा एकता होया ते असी किसानां दे नाल आ क्योंकि लोको सुन लो दर्द कहानी नूं की करिए उलझी ताणी नूं भैड़ी आदत नशियां दी हड पारे वांगू खार दवे पुत माड़ा घर नूं डोब दिंदा लीडर माड़ा देश उजाड़ दवे पुत माड़ा डोब दिंदा लीडर माड़ा देश उजाड़ दवे। जी सर बहुत वधिया लगा गलबात करके किसान भरावां दी गलबात भी अपना करनी जरूरी है। तुसीं देख रहे होगे हरे रंग की पट्टी साडे जिन्ने भी एंकर ने जिन्ने भी लाइव हुंदे ने या जिथे भी हुंदे ने ये असी एक कि असी नाल आ साडा परिवार जस परिवार किसानां दे नाल आ उसका प्रतीक है हरी पट्टी। साडा कोई भी प्रोग्राम तुसीं देखोगे तो ये असी भी गल करिए ना करिए हरी पट्टी जरूर प्रतीक है जस परिवार दे उत्ते उन्हां दा आशीर्वाद आ ते जस परिवार किसानां दे नाल आ। सो अज दे लई इन्ना ही सीगा ते इजाजत लवांगे सर जी ते जांदे जांदे एक बार लास्ट जी मैं बहुत धन्नवाद करना चाहुंदा जी खास करके जिन्हां ने मैनूं मिलाया तुहाडे नाल रणजीत बेगोवाल साहब और साडे सत्कारयोग तिमान साहब और नाल दीपक बाली जी साडे जागृति मंच तों प्रीति जज वह भी मेरे धी और मेरा जवाई इत्थे रहिंदे ने और साडे सत्कारयोग सारे ही मेरा परिवार और मेरे उस्ताद जी श्री कुलदीप मान साहब का सारा परिवार मेरे यूएसए के प्रमोटर मल्ली साहब लोक गायक हरप्रीत रंधावा और वह भी टोरंटो तो प्रोग्राम देख रहा है मेरे दूजे फोन से चल रहा है सोडी नागरा जी मेरे प्रमोटर हरविंदर ओढ़पुरी साहब गीतकार और मेरे सीनियर जिस कॉलेज मैं पढ़िया गोल्डन स्टार मलकीत सिंह जी ने नाल मैं बहुत समा बैक वोकल ते काम किया और नाल दी नाल करनैल सीविया साहब इटली तो गीतकार पाल फियाली वाला और नाल सर जी, सर जी आपां अगले प्रोग्राम च नाल ले लांगे जिहड़े रह गए ने ओह रह गए ने। सो इन्ना ही अज दा सीगा क्योंकि अपना टाइम हुण बंद हो जाएगा गल होनी नहीं है पूरी। सो बहुत बहुत शुक्रिया ਤੁਹਾਡਾ ਸਾਡਾ ਸਾਥ ਦੇਣ ਲਈ ਸਾਡੇ ਲਈ ਸਮਾਂ ਕੱਢਣ ਲਈ ਜੀ। ਦਰਸ਼ਕੋ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਸਾਡੇ ਨਾਲ ਜੁੜੇ ਸੀਗੇ ਦਲਵਿੰਦਰ ਦਿਆਲਪੁਰੀ ਸਾਹਿਬ ਸਾਡੇ ਅੱਜ ਦੇ ਮਹਿਮਾਨ। ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਉਹਨਾਂ ਦੇ ਨਾਲ। ਸੋ ਵੇਲਾ ਹੋ ਚੱਲਿਆ ਆ ਇਜਾਜ਼ਤ ਲੈਣ ਦਾ ਕਿਉਂਕਿ ਸਮਾਂ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਇੱਕ ਘੰਟਾ ਕਦੋਂ ਖਤਮ ਹੋ ਜਾਂਦਾ। ਦਿਆਲਪੁਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ ਧੰਨਵਾਦ। ਸੋ ਦਰਸ਼ਕੋ ਲੈਂਦੇ ਹਾਂ ਇਜਾਜ਼ਤ ਸਿਹਤ ਦਾ ਧਿਆਨ ਰੱਖੋ ਰੱਬ ਰੱਖਾ।